ਐਸ ਪੰਜਾਬੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਅੱਜ ਦਾ ਮੁੱਦਾ, ਅਤੇ ਮੈਂ ਤੁਹਾਡੀ ਹੋਸਟ ਆਸ਼ਮਿਤਾ। ਅੱਜ ਆਪਾਂ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਦੀ ਗੱਲ ਕਰਨ ਜਾ ਰਹੇ ਹਾਂ। ਕਾਫੀ ਲੋਕਾਂ ਨੇ ਆਡੀਅੰਸ ਵਿੱਚ ਸਾਨੂੰ ਇਹ ਵੀ ਕਿਹਾ ਤੁਸੀਂ ਇਸ ਚੀਜ਼ ਬਾਰੇ ਸਾਨੂੰ ਪਲੀਜ਼ ਅਪਡੇਟਸ ਦੱਸੋ, ਅਤੇ ਤੁਹਾਡੀ ਫੀਡਬੈਕ ਸੁਣ ਕੇ ਅਤੇ ਇਸ ਚੀਜ਼ ਦੀ ਇੰਪੋਰਟੈਂਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸਾਡਾ ਐਪੀਸੋਡ ਹੋਏਗਾ ਸੈਂਸਸ 2020 ਬਾਰੇ। ਤੁਹਾਡੇ ਨਾਲ ਸਾਰੀ ਇੰਪੋਰਟੈਂਟ ਅਪਡੇਟਸ ਇਨਫੋਰਮੇਸ਼ਨ ਸ਼ੇਅਰ ਕਰਾਂਗੇ। ਕੀ ਤੁਹਾਡੇ ਲਈ ਨੈਕਸਟ ਸਟੈਪਸ ਤੁਹਾਨੂੰ ਪਤਾ ਹੋਣੇ ਚਾਹੀਦੇ ਹੈ ਪਾਰਟਿਸਿਪੇਟ ਕਰਨ ਲਈ, ਕੀ ਇੰਪੋਰਟੈਂਟ ਡੇਟਸ ਇਸ ਵੇਲੇ ਆ ਰਹੀ ਹਨ ਅਤੇ ਜਾਰੀ ਹਨ ਜੋ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਅਤੇ ਕੀ ਔਰਗਨਾਈਜੇਸ਼ਨਸ ਆਪਣੀ ਕਮਿਊਨਿਟੀ ਵਿੱਚ ਤੁਹਾਡੀ ਰਿਸੋਰਸ ਬਣ ਕੇ ਤੁਹਾਡੀ ਹੈਲਪ ਕਰ ਸਕਦੀਆਂ ਤਾਂ ਕਿ ਤੁਸੀਂ ਪਾਰਟਿਸਿਪੇਟ ਕਰੋ ਇਸ ਸੈਂਸਿਸ ਵਿੱਚ। ਬਟ ਉਸ ਤੋਂ ਪਹਿਲੇ ਅਫਕੋਰਸ ਕਰੋਨਾ ਵਾਇਰਸ ਦੀ ਕੁਛ ਅਪਡੇਟਸ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ। ਅੱਜ ਕਾਫੀ ਜ਼ਿਆਦਾ ਡਿਵੈਲਪਮੈਂਟਸ ਹੋਈ ਹਨ ਇਸ ਪਾਸੇ, ਜ਼ਿਆਦਾ ਇਹਦੀ ਗੱਲ ਨਹੀਂ ਕਰਾਂਗੇ ਬਿਕੋਜ਼ ਆਈ ਐਮ ਸ਼ੋਰ ਸਾਰਿਆਂ ਨੂੰ ਕਰੋਨਾ ਵਾਇਰਸ ਦੀ ਖਬਰ ਤੋਂ ਵੀ ਥੋੜ੍ਹੀ ਜਿਹੀ ਬ੍ਰੇਕ ਚਾਹੀਦੀ ਹੋਏਗੀ। ਬਟ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਐਟ ਦਿਸ ਟਾਈਮ ਸਾਰੀ ਯੂਨਾਈਟਿਡ ਸਟੇਟਸ, ਆਲ 50 ਆਫ ਦੀ ਯੂਨਾਈਟਿਡ ਸਟੇਟਸ ਵਿੱਚ ਕਰੋਨਾ ਵਾਇਰਸ ਦਾ ਕੇਸ ਫੈਲ ਚੁੱਕਿਆ ਹੈ। ਹਰ ਇੱਕ ਸਟੇਟ ਵਿੱਚ ਇੱਕ ਮਿਨੀਮਮ ਟੂ ਮਿਨੀਮਮ ਕੇਸਿਸ ਇਸ ਵੇਲੇ ਪ੍ਰੈਜੈਂਟ ਹਨ। ਜੋ ਡੈਥ ਟੋਲ ਹੈਗਾ ਯੂਨਾਈਟਿਡ ਸਟੇਟਸ ਵਿੱਚ 100 ਤੋਂ ਵੱਧ ਹੋ ਗਿਆ ਹੈ ਅੱਜ। ਅੱਜ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਬਹੁਤ ਹੀ ਵੱਡਾ ਸਟਿਮੂਲਸ ਪੈਕੇਜ ਅਨਾਊਂਸ ਕੀਤਾ ਕਰੋਨਾ ਵਾਇਰਸ ਦੀ ਇਕਨੋਮਿਕਲ ਇੰਪੈਕਟਸ ਨੂੰ ਕੰਬੈਟ ਕਰਨ ਲਈ। $850 billion ਵਾਈਟ ਹਾਊਸ ਐਡਮਿਨਿਸਟ੍ਰੇਸ਼ਨ, ਟਰੰਪ ਐਡਮਿਨਿਸਟ੍ਰੇਸ਼ਨ ਰਿਕੁਐਸਟ ਕਰ ਰਹੀ ਹੈ ਕਾਂਗਰਸ ਤੋਂ ਤਾਂ ਕਿ ਉਹ ਲੋਕਾਂ ਦੀ ਹੈਲਪ ਕਰ ਸਕੇ ਜੋ ਲੋਕ ਆਊਟ ਆਫ ਵਰਕ ਹਨ, ਜੋ ਕੰਮ 'ਤੇ ਨਹੀਂ ਜਾ ਸਕਦੇ ਬਿਕੋਜ਼ ਮੈਂਡੇਟੋਰੀ ਰਿਸਟ੍ਰਿਕਸ਼ਨਸ ਗਵਰਨਮੈਂਟ ਵੱਲੋਂ ਪਲੇਸ ਕੀਤੀ ਗਈ ਹਨ। ਜਿੱਦਾਂ ਤੁਸੀਂ ਨਿਊਯਾਰਕ, ਕੈਲੀਫੋਰਨੀਆ, ਵਾਸ਼ਿੰਗਟਨ ਦੀ ਗੱਲ ਕਰ ਲਓ ਅਤੇ ਉੱਥੇ ਕਰਫਿਊਜ਼ ਇਨੈਕਟ ਹੋ ਰਹੇ ਹਨ, ਅਤੇ ਨਿਊਯਾਰਕ ਵਿੱਚ ਤਾਂ ਇਹ ਵੀ ਖਬਰ ਹੈ ਦੈਟ ਵਿਦ ਇਨ ਦ ਨੈਕਸਟ ਡੇ ਔਰ ਟੂ ਨਿਊਯਾਰਕ ਸਿਟੀ ਵਿਲ ਬੀ ਪਲੇਸਡ ਅੰਡਰ ਏ ਮੈਂਡੇਟੋਰੀ ਸਟੇ ਐਟ ਹੋਮ ਕੁਆਰੰਟੀਨ। ਸੋ ਕਾਫੀ ਇਹ ਸਿਚੁਏਸ਼ਨ ਇਸ ਪਾਸੇ ਜਾ ਰਹੀ ਹੈ। ਤੁਸੀਂ ਕੀ ਪ੍ਰੋਟੈਕਸ਼ਨ ਲਈ ਕਰ ਸਕਦੇ ਹੋ, ਇਹ ਸਾਰੀ ਚੀਜ਼ਾਂ ਡਿਟੇਲ ਵਿੱਚ ਤੁਹਾਡੇ ਨਾਲ ਹੋਰ ਗੱਲ ਕਰਾਂਗੇ ਥਰਸਡੇ ਦੇ ਐਪੀਸੋਡ ਵਿੱਚ। ਸੋ ਤੁਸੀਂ ਉਸ ਦਿਨ ਟਿਊਨ ਹੋ ਕੇ ਆਪਣੇ ਕੁਐਸਚਨਸ ਰੱਖ ਸਕਦੇ ਹੋ, ਸਾਡੇ ਨਾਲ ਕੁਝ ਡਾਕਟਰਸ ਵੀ ਜੁੜਨਗੇ ਅਤੇ ਜ਼ਰੂਰ ਇਹਦੀ ਗੱਲ ਕਰਾਂਗੇ। ਬਟ ਅੱਜ ਸੈਂਸਿਸ 2020 ਦੀ ਗੱਲ ਕਰਨੀ ਹੈ ਬਿਕੋਜ਼ ਇਸ ਵੇਲੇ ਜੋ ਸਭ ਤੋਂ ਇੰਪੋਰਟੈਂਟ ਡੇਟਸ ਤੁਹਾਨੂੰ ਪਤਾ ਹੋਣੀ ਚਾਹੀਦੀਆਂ, ਜੋ ਸਭ ਤੋਂ ਪਹਿਲਾ ਸਟੈਪ ਹੈਗਾ ਇਸ ਸੈਂਸਿਸ ਦੇ ਵਿੱਚ ਪਾਰਟਿਸਿਪੇਟ ਕਰਨ ਲਈ, ਉਹ ਆਲਰੇਡੀ ਸ਼ੁਰੂ ਹੋ ਚੁੱਕਿਆ ਹੈ। ਮਾਰਚ 12th ਥਰੂ 20th, ਮਾਰਚ 12 ਤੋਂ 20 ਤੱਕ ਗਵਰਨਮੈਂਟ ਇੱਕ ਮੇਲਰ ਸੈਂਡ ਕਰ ਰਹੀ ਹੈ ਸਾਰਿਆਂ ਨੂੰ। ਉਹ ਇੱਕ ਮੇਲਰ ਆਊਗਾ, ਮੈਂ ਟੈਕਨੀਕਲ ਟੀਮ ਨੂੰ ਕਹਾਂਗੀ ਪਲੀਜ਼ ਤੁਹਾਨੂੰ ਇਹ ਸੈਂਪਲ ਦਿਖਾਉਣ ਕਿਸ ਤਰ੍ਹਾਂ ਦੀ ਇਹ ਮੇਲ ਤੁਹਾਡੇ ਆਏਗੀ ਤੁਹਾਡੇ ਹੋਮ ਵਿੱਚ। ਅਤੇ ਇਹ ਜੋ ਮੇਲਰ ਹੈਗਾ ਇਹਦੇ ਜਿੱਥੇ ਤੁਸੀਂ ਐਰੋਜ਼ ਦੇਖ ਰਹੇ ਹੋ ਉਹ ਐਰੋਜ਼ ਇੱਕ ਕੋਡ ਕੰਟੇਨ ਕਰਨਗੇ। ਇਹ ਕੋਡ ਦੇ ਨਾਲ ਤੁਸੀਂ ਜਾ ਕੇ ਭਾਵੇਂ ਉਹ ਔਨਲਾਈਨ ਹੋਏ ਜਾਂ ਭਾਵੇਂ ਮੇਲ ਦੇ ਥਰੂ, ਤੁਸੀਂ ਇਸ ਕੋਡ ਦੇ ਰਾਹੀਂ ਪਾਰਟੀਸਪੇਟ ਕਰ ਸਕਦੇ ਹੋ ਇਸ ਸਾਲ ਦੇ ਸੈਂਸਿਸ ਵਿੱਚ। ਇਹ ਤਾਂ ਸਭ ਤੋਂ ਪਹਿਲੀ ਚੀਜ਼ ਹੈਗੀ, ਯੂ ਸ਼ੁੱਡ ਬੀ ਰਿਸੀਵਿੰਗ ਦਿਸ। ਤੁਹਾਨੂੰ ਇਹ ਮੇਲਰ ਆਲਰੇਡੀ ਤੁਸੀਂ ਸ਼ਾਇਦ ਰਿਸੀਵ ਕਰ ਲਿਆ ਹੋਏ ਜਾਂ ਤੁਸੀਂ ਰਿਸੀਵ ਇਸ ਹਫਤੇ ਤੁਸੀਂ ਰਿਸੀਵ ਕਰੋਗੇ ਉਹਨੂੰ, ਅਤੇ ਜ਼ਰੂਰ ਆਪਣੀ ਮੇਲ ਚੈੱਕ ਕਰਨਾ। ਮਾਰਚ 12 ਤੋਂ 20 ਤੱਕ ਗਵਰਨਮੈਂਟ ਇਹ ਚੀਜ਼ ਮੇਲ ਕਰੀਏ, ਇਹ ਤੁਹਾਡਾ ਪਹਿਲਾ ਸਟੈਪ ਹੈ ਇਸ ਸਾਲ ਦੇ ਸੈਂਸਿਸ ਵਿੱਚ ਪਾਰਟੀਸਪੇਟ ਕਰਨ ਲਈ। ਬਟ ਮੋਰ ਇੰਪੋਰਟੈਂਟਲੀ, ਸੈਂਸਿਸ ਵਿੱਚ ਪਾਰਟੀਸਪੇਟ ਕਰਨਾ ਕਿਉਂ ਚਾਹੀਦਾ ਹੈ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗੀ। ਇਹ ਲਾਈਵ ਪ੍ਰੋਗਰਾਮ ਹੈ, ਤੁਸੀਂ ਕਾਲ ਕਰਕੇ ਆਪਣੇ ਕੁਐਸਚਨਸ, ਆਪਣੇ ਕੰਸਰਨਸ ਇਸ ਚੀਜ਼ ਬਾਰੇ ਸਾਡੇ ਨਾਲ ਰੱਖ ਸਕਦੇ ਹੋ, ਉਹਨਾਂ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਆਂਸਰ ਕਰਨ ਦੀ। ਬਟ ਸਭ ਤੋਂ ਪਹਿਲਾਂ ਸਾਡੀ ਕਮਿਊਨਿਟੀ ਨੂੰ ਸੈਂਸਿਸ ਵਿੱਚ ਪਾਰਟੀਸਪੇਟ ਕਿਉਂ ਕਰਨਾ ਚਾਹੀਦਾ ਹੈ? ਕਾਫੀ ਗਲਤ ਫਹਿਮੀਆਂ ਇਸ ਚੀਜ਼ ਬਾਰੇ ਵੀ ਹੈਗੀਆਂ ਕਿ ਸੈਂਸਿਸ ਸਾਡੀ ਇਮੀਗ੍ਰੇਸ਼ਨ ਦੀ ਇਨਫੋਰਮੇਸ਼ਨ ਲੈ ਕੇ ਉਹਨੂੰ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਜਾਂ ਆਈਸ ਦੇ ਨਾਲ ਸ਼ੇਅਰ ਕਰਦੀ ਹੈ ਜਾਂ ਲਾਅ ਇਨਫੋਰਸਮੈਂਟ ਨਾਲ। ਇਹ ਬਿਲਕੁਲ ਗਲਤ ਹੈਗੀ। ਜੋ ਤੁਹਾਡੀ ਸੈਂਸਿਸ ਦੀ ਇਨਫੋਰਮੇਸ਼ਨ ਹੈ ਉਹ ਸਿਰਫ ਤਾਂ ਸਿਰਫ ਸੈਂਸਿਸ ਬੋਰਡ ਯੂਜ਼ ਕਰਦਾ ਹੈ ਐਂਡ ਓਨਲੀ ਟੂ ਐਲੋਕੇਟ ਗਵਰਨਮੈਂਟ ਫੰਡਸ। ਸਿੰਪਲੈਸਟ ਵੇ ਟੂ ਪੁੱਟ ਇਟ, ਅਗਰ ਗਵਰਨਮੈਂਟ ਨੂੰ ਇਹ ਨਹੀਂ ਪਤਾ ਹੋਏਗਾ ਕਿ ਇੱਕ ਪਾਪੂਲੇਸ਼ਨ ਜਾਂ ਇੱਕ ਕਮਿਊਨਿਟੀ ਦੇ ਕਿੰਨੇ ਕੁ ਨੰਬਰਸ ਹਨ, ਉਹ ਤੁਹਾਡੀ ਹੈਲਪ ਨਹੀਂ ਕਰ ਸਕਦੇ, ਭਾਵੇਂ ਉਹ ਹੈਲਥ ਕੇਅਰ ਦੇ ਨਾਲ ਹੋਏ, ਇਨਫਰਾਸਟ੍ਰਕਚਰ, ਰੋਡਸ, ਸਬਵੇਜ਼, ਮੈਸ ਟ੍ਰਾਂਸਪੋਰਟੇਸ਼ਨ, ਵੈਦਰ ਇਟਸ
just simple funds ke agar koi emergency koi disaster aanda hai todi community nu oh funds allocate ose vele honge if the government knows you exist plus jo saadi Sikh community hai una layi e saal ek bahut hi ahem saal hai e jo census is bari hon ja reha hai ede vich pehli bari jo saadi Sikh community hai oh ek vakhri write in category likh sakde hai as Sikh Americans ek e bahut hi vaddi cheez hai जो साड़ी कम्युनिटी दी नॉन प्रॉफिट ऑर्गेनाइजेशंस हैं वो बहुत ही सालों तो बहुत मेहनत नाल उन्होंने ये चीज़ अकॉम्पलिश की है सो साडा सारिया दा फर्ज बनता है कि उन्होंने इस काम नू इहदे च आपां अपना हक जमा के अपना सिख आइडेंटिटी ग्रुप राइट इन तरह जरूर लिखन बट जिदा तुसी अगर ऑर्गेनाइजेशंस की गल करते हो यूनाइटेड सिख सिख कोलिशन जकारा सैलडफ सॉल्ट विच इज साउथ एशियन अमेरिकन leading together among others including our gurdwaras jo saadi community the leaders han business leaders han sareyan ne ral mil ke a effort kinne saalan to jari sigi but hun eda natija nikliya that yes you can write that you are a Sikh American in that field and ए ता चलो पहला स्टेप कह लो इस साल तुसी उन्हों राइट इन करोगे बट डिपेंडिंग ऑन साडी कम्युनिटी किन्ने लोकी लिखदे है कि वी आइडेंटिफाई एज सिख उस तो डिटरमिन होएगा दैट इन अनदर 10 ईयर्स शायद सिख अमेरिकन्स ले सेपरेट एक बॉक्स बनया होए ऑलरेडी सो इस तरह दी रेकग्निशन गवर्नमेंट वालों फैडरल गवर्नमेंट वालों तद ही हो सकती है अगर अपना एज ए कम्यूनिटी सारे रल के इस चीज़ विच पार्टिसिपेट करन ते तोड़ी पार्टिसिपेशन इनवॉल्वमेंट बहुत ही इंपॉर्टेंट हैगी ऐसे करके ए अज प्रोग्राम का मुद्दा रखे जिदा मैं क्या लाइव प्रोग्राम में तुसी कॉल करके अपने क्वेश्चंस रख सकते हो मोर इंपोर्टेंटली जो कम्युनिटी की गल आती है सेंसिस तुहाडी डे टू डे लाइफ नू किस तरह इंपैक्ट करता है तुहाडे नाल कुछ गेस्ट शेयर करनगे अपने इनसाइट्स कि किस तरह तुहाडी डे टू डे लाइफ इंपैक्ट होंदी है बट मैं थोड़ा जिहा दसा कि एक होर प्रॉब्लम इहो जी हैगी जो स्पेसिफिकली साडी सिख कम्युनिटी पंजाबी कम्युनिटी नू अफेक्ट करदी है वह हैगी डिस्क्रिमिनेशन वह हैगी इगनोरेंस कि साडी आइडेंटिटी की मीन कर दी कि सिखी स्वरूप विच बच्चा हाई स्कूल जांदा है ते ओदी आइडेंटिटी की हैगी ओ सारिया नू पता होने लई एदे विच भी सेंसस दा हथ हैगा फॉर एग्जाम्पल अगर तुसी हेट क्राइम्स देखो पिछले दो तीन सालां विच सिक्स जो साडी सिख कम्युनिटी हैगी उना दे अगेंस्ट हेट क्राइम्स इनक्रीज होए हन 2019 विच हेट क्राइम्स अगेंस्ट सिक्स एंड ए डेटा FBI तो रिलीज होया हैड ट्रिपल्ड from 2017 sirf 2018 vich hi jo sikh community sigi oh muslim te jewish community to baad sab to zyada hate crimes sade naal hoye han so agar in hate crimes nu tusi federal level rahi stop karna hai ya combat karna hai then federal government nu pata hona chahida hai ki jo a community hegi inna di ki identity hai and I should mention you know census is a non-religious survey. ओदे च तुसी अपनी एथनिसिटी लिख सकते हो अपना रिलिजन नहीं लिखते बट ये साड़ी सिख कम्युनिटी लिए बड़ी वड्डी ये जीत हैगी कि साड़ी कल्चर विच एक यूनीक चीज़ है कि सिखी साड़ा रिलिजन भी है बट साड़ी एक एथनिक आइडेंटिफायर भी हैगा इस करके इस बारी गवर्नमेंट ने सेंसस ब्यूरो ने ये चीज़ कोडिंग की हुई है कि तुसी लिख सकते हो बिकॉज ऑफ द यूनीक आइडेंटिटी ऑफ अ सिख इंडिविजुअल तुसी वो लिख सकते हो सो ये सारी चीज़ों पर होर तुहाडे नाल शेयर करांगे डिटेल विच तुसी भी कॉल करके अपने क्वेश्चन रख सकते हो बट इत्थे आपां रुकदे एक छोटी जी ब्रेक लई गल हो रही है सेंसिस 2020 दी तुसी भी जुड़े रहो गल करदे हां ब्रेक तो बाद ब्रेक तो बाद सारिया का स्वागत है तुसी वेख रहे हो तुहाडा अपना प्रोग्राम अज दा मुद्दा ते गल हो रही है सेंसिस 2020 दी जिस तरह ब्रेक तो पहले तुहानूं थोड़ी जी जानकारी दित्ती सी इस एपीसोड विच तुहानूं सारे ओ की इनफॉर्मेशन पॉइंट्स दसांगे किस तरह तुसी इनवॉल्व हो सकदे हो क्यों तुहानूं इनवॉल्व होना चाहिए ते इस गल लई थोड़े विचार सांझे करन लई मैनूं हुण जॉइन कर रहे हैं द ऑर्गेनाइजेशन साउथ एशियन अमेरिकन लीडिंग टुगैदर जिहनूं सॉल्ट दे नां दे नाल भी जाणिया
ਜਾਂਦਾ ਹੈ ਉਹਨਾਂ ਦੀ ਐਗਜ਼ੀਕਿਊਟਿਵ ਡਾਇਰੈਕਟਰ ਮਿਸ ਲਕਸ਼ਮੀ ਸ੍ਰੀਧਰਨ। ਲਕਸ਼ਮੀ ਜੀ, ਫਸਟ ਆਫ ਆਲ ਵੈਲਕਮ ਟੂ ਆਰ ਪ੍ਰੋਗਰਾਮ, ਥੈਂਕ ਯੂ ਸੋ ਮਚ ਫਾਰ ਜੁਆਇਨਿੰਗ ਅਸ। Thank you so much for having me. Absolutely. Lakshmi, we understand that as the executive director for SALT, you guys must be under immense pressure and workload right now because of coronavirus. So we thank you again for taking the time. But the census has been kicked off. The mailers have been sent out as of March 12th. They are continuing to go out till the 20th. So we want to get some insight from you on why it's important for the South Asian community in the United States to be aware of all of the key information about this, as well as prepare and participate. But before we do that, I want to introduce you to our audience. As the executive director of SALT, South Asian Americans Leading Together, give our viewers a quick description of how your organization advocates for the civil rights of all South Asians living in America. Yeah, absolutely. We're very proud to be a national civil rights and racial justice organization based in Washington, D.C., and doing our best to represent the wide interests of the South Asian American community across the country. And so we actually focus in three specific areas around tracking and documenting violence and discrimination facing our communities, mm-hmm. Which we really started to see an uptick in after 9/11, mm-hmm. Which is around the time when SALT was founded. We focus on pushing for federal legislation that upholds civil rights and civil liberties for all communities. Mm-hmm. And we also focus a lot on immigrant justice. Mm-hmm. And so that is anywhere from folks who are on H-4 visas, mm-hmm. temporary protected status, DACA, mm-hmm. and those seeking asylum and who are undocumented. Mm-hmm. And we feel like the census absolutely is a civil rights issue. Mm-hmm. It's so critical that we have the data on our communities to ensure that mm-hmm. the $675 billion in funding is actually fairly and justly allocated across our country, mm-hmm. And really to make sure that undercounted communities and overlooked communities, many of which include high South Asian population counts, are included in this very, very important census year. So this particular census year, a lot of our audience members may have been around for the last census, which took place in 2010, excuse me. But this year, the 2020 census is unique in a couple of ways. So tell us, specific to the South Asian community, what should they know about this year's survey? Yeah, I think this year's survey is going to be very interesting and in a lot of ways actually is able to overcome many of the challenges that we're facing with the COVID-19 pandemic at this mm-hmm. time mm-hmm. Because it's actually available online for the very first time. And, yes. You know, we and many folks are encouraging everyone to go ahead and take the census questionnaire online mm-hmm. And it's also available. Folks between March 12th through the 20th should be receiving a mailer. Yes. That gives you a unique link to go on and enter your ID. I actually received mine today. Mm-hmm. And you can also do the census over the phone. Mm-hmm. And so given the limitations that the Census Bureau and all of us are having with person-to-person interaction at this time, right. These are three very convenient and easy ways mm-hmm. to be able to fill out the census. There are also updates to mm-hmm. some of the categories as well. Yes. And so that's another, I think, really big improvement for this census. So specific to the updates for the categories, one thing that mm-hmm. is really interesting and I would say our audience is anticipating, looking forward to, is the coding for a sick write-in ethnic group. Can you mm-hmm. shed some light on what information you have about that for our viewers at home? Sure, yeah. Our partners at the Sick Coalition and SALDEF and Jakara Movement in California and many other Sick-led organizations mm-hmm. have fought for a very long time to ensure that this category is on the census form. Mm-hmm. And like you said, for the first time, this ethno-religious category is available for anyone to be able to write in with this census. And, mm-hmm. You know, and everyone can choose, of course, whatever race and national origin that they choose as well, mm-hmm. Along with this new ethno-religious category. Mm-hmm.
So it's really exciting, and I think the key is to make sure that our communities are able to get that data back from the Census Bureau so that we can actually use it to get resources out to our communities. Is there a particular reason in your experience working with civil liberties and our minority population as South Asians living in America, is there a particular reason that there isn't in-language provisions for Hindi, Punjabi, and some of the bigger language groups in the Indian continent? Yeah, this definitely is a challenge that we've raised with the Census Bureau directly. We held a webinar a few weeks ago for Census Bureau representatives to come on. We actually had the director of the race and ethnicity categories come on and actually walk us through a couple of the scenarios. And they also did discuss, you know, the Census Bureau did not invest in any South Asian PSA, South Asian language PSAs this time, which is a real setback for our communities. But one thing that they have recently shared is a language guide that they did translate into 59 different languages, and that actually includes several South Asian languages: Bengali, Gujarati, Hindi, Malayalam, Marathi, Nepali, Punjabi, Tamil, Telugu, Sinhala, and Urdu. And so those are actually available on the Census Bureau website now to be able to assist folks in filling out the form. Okay. So that's actually leading right into my next question. You know, members of our community that need additional assistance to participate in the survey, say they are not able to do it online and they don't have the help or the resources at home to maybe have someone else do it online for them. What are some recommendations you would make for those types of viewers watching us right now that want to participate? How can they get resources, maybe within the community, maybe organizations such as yourself, to make sure that they participate and in a timely manner? Yeah, absolutely. And we also want to acknowledge that not everybody is utilizing the web to be able to take the census and fill out the form. And so there have been a lot of efforts from local community members to actually buy radio ads in different, you know, languages and in different ethnic media outlets. So I know that that's an effort that is underway. And I, you know, many of our SALT has 63 local South Asian partner organizations on the ground, many of whom are doing this work in communities, meeting with folks and helping with anyone who isn't able to access the languages that are available to fill out the census or who may not be able to get online to fill it out so easily. And so I would just really encourage you to look, seek out your local South Asian organization. We have listed as many resources as possible on our website, www.salt.org, and have linked to many of our partners and those organizations. So I just want to plug BASES Rising Up and Moving and Adhikar in New York, South Asian Network in Southern California, and Chakara Movement in the Central Valley are doing really great work in their respective regions to be able to reach our communities. Very nice. Lakshmi, first of all, actually, again, thank you for your time. We're running low on time in this segment. But before we wrap up here, you know, you touched on it a little bit just now, but to really emphasize the importance of participating in a survey like this, you know, there are certain hesitations that members of the South Asian community might have, whether it's the citizenship question or how the information collected in the census may be shared with other agencies, immigration, Homeland Security, ICE, et cetera. What can you tell us about some of the misinformation floating around about those concerns? Absolutely. The citizenship question was a, you know, a very huge setback for all of our communities. Even the threat of that has already, as you said, you know, chilled or made people hesitant about participating in the census. And we want to acknowledge that that fear is very legitimate, just given how this administration and our government has been functioning for the last several years. And so I just want to emphasize that while there are very strict constitutional and confidentiality protections in place around data sharing, there is an effort underway in the Asian American community and actually across the entire civil rights community where many of us at national organizations have signed a digital security pledge where we have said that we will use every tool, litigation, media,
whatever it takes to ensure that we hold the government accountable to this promise of keeping this data confidential. Mm-hmm. It's so critical that the data is collected in the most accurate way possible so that these resources mm-hmm. get to our communities, but it cannot be exploited mm-hmm. To criminalize our communities. And so that's something that at SALT we're very committed to upholding and to acknowledge that there is fear in our communities around right. this that's legitimate and that we will fight for you. Okay, that's I think a great message to get out at this time of uncertainty. In closing, Lakshmi, you know, you mentioned briefly about your work currently with COVID-19, the coronavirus pandemic that's causing havoc all around the world. Put it into perspective for our viewers. Participation in a survey in the census, something like this, how does that directly translate into resources for when times get tough like they are right now? Yeah, absolutely. I mean, I think the coronavirus crisis in particular has impacted so many people in our community, specifically, you know, health workers, low-wage workers, restaurant workers, and just so many people. And so I think the important part of all of this is that census funding actually does go to fund hospitals and public mm-hmm. health resources. And that's just something that we are seeing is so critical right now with the you know, fairly poor healthcare system we have in place in this country. And so I think it's all the more important that we get an accurate count to ensure that these resources can really be boosted in the future. Absolutely. Lakshmi Sridharan, thank you so much. The executive director from the nonprofit organization SALT, which stands for South Asian Americans Leading Together, to share some information about the census, what you need to know about participation, how your information will be used, and what the results of the survey mean, not just for our community in their identity, but for their progress in this country. ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਸੈਂਸਿਸ 2020 ਦੀ। ਮੈਂ ਇੱਥੇ ਇੱਕ ਥੋੜਾ ਜਿਹਾ ਮੌਕਾ ਲੈ ਕੇ ਇੱਕ ਸਟੈਪ ਬੈਕ ਜਾਣਾ ਚਾਹੁੰਦੀ ਹਾਂ। ਸੈਂਸਿਸ ਹੈ ਕੀ? ਸੈਂਸਿਸ ਪੂਰੀ ਜੋ ਇੱਥੇ ਰਹਿਣ ਵਾਲੀ ਜਨਤਾ ਹੈ ਉਹਨਾਂ ਦੀ ਗਿਣਤੀ ਦਾ ਇੱਕ ਤੁਸੀਂ ਸਰਵੇ ਕਹਿ ਸਕਦੇ ਹੋ। ਉਹਦੇ 'ਚ 10 ਤੋਂ ਕਮ ਕੁਐਸਚਨ ਹੁੰਦੇ ਹੈ। ਕੌਣ ਤੁਹਾਡੇ ਨਾਲ ਰਹਿ ਰਿਹਾ ਹੈ, ਤੁਹਾਡਾ ਰੈਂਟਲ ਹੈ ਜਾਂ ਤੁਸੀਂ ਹੋਮ ਓਨਰ ਹੈਗੇ, ਤੁਹਾਡੇ ਕਿੰਨੇ ਪਰਿਵਾਰ, ਕਿੰਨੇ ਫੈਮਿਲੀ ਮੈਂਬਰਸ ਹਨ, ਉਹਨਾਂ ਦੀ ਕੀ ਉਮਰ ਅਤੇ ਕੀ ਉਹਨਾਂ ਦਾ ਜੈਂਡਰ ਹੈਗਾ, ਅਤੇ ਕੀ ਤੁਹਾਡੀ ਐਥਨਿਕ ਆਈਡੈਂਟੀ ਹੈਗੀ। ਸਿਰਫ ਇਹੀ ਸਿੰਪਲ ਕੁਐਸਚਨਸ ਦੇ ਨਾਲ ਇੱਥੇ ਦੀ ਫੈਡਰਲ ਗਵਰਨਮੈਂਟ ਹਰ ਸਾਲ $675 billion ਇਨ ਫੈਡਰਲ ਫੰਡਿੰਗ ਨੂੰ ਐਲੋਕੇਟ ਕਰਦੀ ਹੈ, ਡਿਸਾਈਡ ਕਰਦੀ ਹੈ ਕਿ ਇਹ ਫੈਡਰਲ ਮਨੀ ਕਿਸ ਤਰ੍ਹਾਂ ਯੂਜ਼ ਹੋਣਾ ਚਾਹੀਦਾ, ਕਿਸ ਕਮਿਊਨਿਟੀ ਨੂੰ ਇਹਦੀ ਲੋੜ ਹੈ, ਕਿੱਥੇ ਪਾਪੂਲੇਸ਼ਨ ਵੱਧ ਰਹੀ ਹੈ, ਕਿੱਥੇ ਕਮ ਹੋ ਰਹੀ ਹੈ, ਅਤੇ ਕਿੱਥੇ ਹੋਰ ਇਨਫਰਾਸਟ੍ਰਕਚਰ ਜਾਂ ਸਕੂਲਸ ਨੂੰ ਅਪਡੇਟ ਕਰਨ ਦੀ ਲੋੜ ਹੈ, ਕਿਸ ਲੋਕੇਸ਼ਨਸ ਵਿੱਚ ਕਰਿਕੁਲਮ ਜੋ ਸਕੂਲ ਦਾ ਪੜ੍ਹਾਇਆ ਜਾ ਰਿਹਾ ਹੈ ਉਹਦੇ ਵਿੱਚ ਐਥਨਿਕ ਗਰੁੱਪਸ ਨੂੰ ਜਗ੍ਹਾ ਮਿਲਣੀ ਚਾਹੀਦੀ ਹੈ। ਇਹ ਸਾਰੀ ਚੀਜ਼ਾਂ ਸੈਂਸਿਸ ਡਿਸਾਈਡ ਕਰਦਾ। ਜੋ ਇਨਫੋਰਮੇਸ਼ਨ ਗਵਰਨਮੈਂਟ ਆਪਣੀ ਇਸ ਪਾਪੂਲੇਸ਼ਨ ਬਾਰੇ ਸੈਂਸਿਸ ਰਾਹੀਂ ਕਲੈਕਟ ਕਰਦੀ ਹੈ, ਉਸ ਇਨਫੋਰਮੇਸ਼ਨ 'ਤੇ ਹੀ ਜਾ ਕੇ ਅੱਗੇ ਫੈਡਰਲ ਮਨੀ, ਫੈਡਰਲ ਰੀਸੋਰਸਿਸ, ਅਤੇ ਜੋ ਸਾਡੀ ਗਵਰਨਮੈਂਟ ਦੇ ਲੀਡਰਸ ਹਨ, ਜੋ ਸਾਡੀ ਇਸ ਗਵਰਨਮੈਂਟ ਦੀ ਯੂਨਾਈਟਿਡ ਸਟੇਟਸ ਹਾਊਸ ਆਫ ਰੈਪ੍ਰਜੈਂਟੇਟਿਵ ਦੇ ਲੀਡਰਸ ਹਨ, ਉਹਨਾਂ ਦੀ ਸੀਟਾਂ ਤੱਕ ਸੈਂਸਿਸ ਦੇ ਨਾਲ ਅਫੈਕਟ ਹੁੰਦੀਆਂ ਕਿ ਅਗਰ ਕਿਸੇ ਥਾਂ 'ਤੇ ਜ਼ਿਆਦਾ ਪਾਪੂਲੇਸ਼ਨ ਵੱਧ ਗਈ ਹੈ ਤਾਂ ਉਹਨਾਂ ਨੂੰ ਸੀਟਸ ਮਿਲ ਸਕਦੀਆਂ ਹਾਊਸ ਆਫ ਰੈਪ੍ਰਜੈਂਟੇਟਿਵਸ ਵਿੱਚ, ਤਾਂ ਕਿ ਉਹ ਪਾਪੂਲੇਸ਼ਨ ਐਡਕੁਏਟਲੀ ਰੈਪ੍ਰਜੈਂਟ ਹੋਏ। ਅਤੇ ਜਦੋਂ ਪਾਪੂਲੇਸ਼ਨ ਦੀ ਆਈਡੈਂਟੀ ਦੀ ਗੱਲ ਆਉਂਦੀ ਹੈ, ਇਹ ਇੱਕ ਮੇਨ ਹਿੱਸਾ ਹੈ ਇਸ ਸੈਂਸਿਸ ਕੁਐਸਚਨੇਅਰ ਦਾ ਕਿ ਤੁਹਾਡੀ ਐਥਨਿਕ ਬੈਕਗਰਾਉਂਡ ਕੀ ਹੈਗੀ। ਜਿੱਦਾਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਇਹ ਸਰਵੇ, ਇਹ ਫੋਰਮ, ਇਹ ਰਿਲੀਜਨ ਨੂੰ ਨਹੀਂ ਗਿਣਦਾ, ਰਿਲੀਜਨ ਦਾ ਤੁਸੀਂ ਕੁਛ ਨਹੀਂ ਲਿਖ ਸਕਦੇ। ਬਟ ਇਸ ਸਾਲ ਸਾਡੀ ਸਿੱਖ ਕਮਿਊਨਿਟੀ ਲਈ ਇੱਕ ਬਹੁਤ ਹੀ ਵੱਡਾ ਸਾਲ ਹੈ, ਇਹ ਮਾਈਲਸਟੋਨ ਅਚੀਵ ਕੀਤਾ ਹੈ। ਕਾਫੀ ਸਾਰੀ ਕਮਿਊਨਿਟੀ ਅਤੇ ਨੋਨ ਪ੍ਰੋਫਿਟ ਆਰਗਨਾਈਜੇਸ਼ਨਸ ਨੇ ਇਕੱਠੇ ਰਲ ਕੇ, ਐਂਡ ਉਹ ਚੀਜ਼ ਇਹ ਹੈਗੀ ਕਿ ਇਸ ਸਾਲ ਇਸ ਗਵਰਨਮੈਂਟ ਸਰਵੇ ਵਿੱਚ ਤੁਸੀਂ ਲਿਖ ਸਕਦੇ ਹੋ ਜਿੱਥੇ ਤੁਹਾਡੀ ਐਥਨਿਕ ਆਈਡੈਂਟੀ ਦਾ ਪੋਰਸ਼ਨ ਆਉਂਦਾ, ਤੁਸੀਂ ਉੱਥੇ ਲਿਖ ਸਕਦੇ ਹੋ ਸਿੱਖ।
ਤੁਹਾਨੂੰ ਲਿਖਣਾ ਪੈਣਾ, ਉੱਥੇ ਬਾਕਸ ਡੱਬਾ ਨਹੀਂ ਹੋਏਗਾ ਆਟੋਮੈਟਿਕਲੀ, ਲੇਕਿਨ ਤੁਸੀਂ ਉੱਥੇ ਲਿਖ ਸਕਦੇ ਹੋ ਐਂਡ ਜੋ ਸੈਂਸਿਸ ਬਿਊਰੋ ਹੈਗਾ ਉਹਨਾਂ ਨੇ ਉਸ ਚੀਜ਼ ਦੀ ਇੱਕ ਸੈਪਰੇਟ ਕੈਟੇਗੋਰੀ ਬਣਾਈ ਹੋਈ ਹੈ ਕਿ ਅਗਰ ਲੋਕ ਇਹ ਲਫਜ਼ ਲਿਖਣਗੇ ਸਿੱਖ ਇਸ ਫੀਲਡ ਵਿੱਚ ਤਾਂ ਉਹਦੀ ਗਿਣਤੀ ਅਲੱਗ ਤਰ੍ਹਾਂ ਨਾਲ ਹੋਏਗੀ, ਬਿਕੋਜ਼ ਉਹਨਾਂ ਨੂੰ ਇਹ ਚੀਜ਼ ਦੱਸਦੀ ਗਈ ਹੈ ਦੈਟ ਜੋ ਸਿੱਖ ਕਮਿਊਨਿਟੀ ਹੈਗੀ ਉਹਨਾਂ ਦੀ ਅਲੱਗ ਆਈਡੈਂਟੀ ਉਹਨਾਂ ਦੇ ਸਿੱਖੀ ਸਰੂਪ ਕਰਕੇ ਅਤੇ ਉਹਨਾਂ ਦੀ ਐਥਨਿਕ ਬੈਕਗਰਾਊਂਡ ਕਰਕੇ ਜਾਇਜ਼ ਬਣਦੀ ਹੈ। ਸੋ ਸੈਂਸਿਸ ਕੀ ਕਦੋਂ ਸ਼ੁਰੂ ਹੁੰਦਾ, ਕੀ ਡੇਟਸ ਹਨ, ਕਿਸ ਤਰ੍ਹਾਂ ਤੁਸੀਂ ਪਾਰਟੀਸਿਪੇਟ ਕਰ ਸਕਦੇ ਹੋ, ਇਹ ਸਾਰੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੁਹਾਡੇ ਕੋਈ ਵੀ ਕੁਐਸਚਨਸ ਹਨ ਇਸ ਚੀਜ਼ ਬਾਰੇ ਤੁਸੀਂ ਕਾਲ ਕਰ ਸਕਦੇ ਹੋ, ਲਾਈਨਸ ਖੁੱਲੀਆਂ ਅਤੇ ਤੁਹਾਡੇ ਸਾਰੇ ਕੁਐਸਚਨਸ ਕੋਸ਼ਿਸ਼ ਕਰਾਂਗੇ ਆਨਸਰ ਕਰਨ ਦੀ। ਸੈਂਸਿਸ ਬਾਰੇ ਸਭ ਤੋਂ ਜੋ ਈਜ਼ੀ ਚੀਜ਼ ਹੈਗੀ ਉਹ ਇਹ ਹੈਗੀ ਇਸ ਸਾਲ ਕਿ ਤੁਸੀਂ ਔਨਲਾਈਨ ਜਾ ਕੇ ਇਹ ਸਰਵੇ ਕੰਪਲੀਟ ਕਰ ਸਕਦੇ ਹੋ, ਤੁਹਾਨੂੰ ਕਿਸੇ ਵੀ ਥਾਂ 'ਤੇ ਜਾਣ ਦੀ ਲੋੜ ਨਹੀਂ ਹੈ। ਅਗਰ ਤੁਹਾਡੇ ਕੋਲ ਇੰਟਰਨੈਟ ਦਾ ਐਕਸੈਸ ਨਹੀਂ ਹੈਗਾ ਜਾਂ ਤੁਸੀਂ ਕੰਫਰਟੇਬਲ ਨਹੀਂ ਹੋ ਉਸ ਚੀਜ਼ ਲਈ, ਸਾਡੀ ਇਹ ਰੈਕਮੈਂਡੇਸ਼ਨ ਹੋਏਗੀ ਤੁਸੀਂ ਕਿਸੇ ਤੋਂ ਹੈਲਪ ਲਓ, ਬਿਕੋਜ਼ ਜੋ ਔਨਲਾਈਨ ਫੋਰਮ ਹੈ ਉਹ ਸਭ ਤੋਂ ਕੁਇਕੈਸਟ ਅਤੇ ਈਜ਼ੀਐਸਟ ਵੇ ਹੋਏਗਾ ਜਿਸ ਤਰ੍ਹਾਂ ਤੁਸੀਂ ਪਾਰਟੀਸਿਪੇਟ ਕਰ ਸਕਦੇ ਹੋ। ਬਟ ਲੈਟਸ ਸੇ ਤੁਸੀਂ ਔਨਲਾਈਨ ਨਹੀਂ ਕਰਨਾ, ਦੈਨ ਤੁਹਾਡੇ ਕੋਲ ਦੋ ਹੋਰ ਆਪਸ਼ਨਸ ਹਨ। ਤੁਸੀਂ ਫੋਨ ਦੇ ਰਾਹੀਂ ਪਾਰਟੀਸਿਪੇਟ ਕਰ ਸਕਦੇ ਹੋ, ਤੁਸੀਂ ਸੈਂਸਿਸ ਨੂੰ ਕਾਲ ਕਰਕੇ ਉਹਨਾਂ ਦੇ ਸੈਂਸਿਸ ਬਿਊਰੋ ਦੇ ਕਿਸੇ ਅਫੀਸ਼ਲ ਨਾਲ ਗੱਲ ਕਰਕੇ ਪਾਰਟੀਸਿਪੇਟ ਕਰ ਸਕਦੇ ਹੋ ਫੋਨ 'ਤੇ, ਜਾਂ ਤੁਸੀਂ ਬਾਏ ਮੇਲ ਉਹ ਫੋਰਮ ਸਬਮਿਟ ਫਿਲ ਆਊਟ ਕਰਕੇ ਮੇਲ ਬੈਕ ਕਰ ਸਕਦੇ ਹੋ। ਸੋ ਇਹ ਜੋ ਫੋਰਮ ਹੈ ਇਹਨੂੰ ਤੁਸੀਂ ਕਿਸ ਤਰ੍ਹਾਂ ਐਕਸੈਸ ਕਰਨਾ ਹੈ, ਕਦੋਂ ਇਹ ਸ਼ੁਰੂ ਹੁੰਦੀ ਹੈ, ਅਤੇ ਸਭ ਤੋਂ ਪਹਿਲਾਂ ਤਾਂ ਮੈਂ ਲੋਕਾਂ ਨੂੰ ਇੱਕ ਵਾਰੀ ਫਿਰ ਦਿਖਾਉਣਾ ਚਾਹਾਂਗੀ ਉਹ ਮੇਲਰ ਜੋ ਤੁਹਾਡੀ ਮੇਲ ਵਿੱਚ ਆਏਗਾ ਇਸ ਹਫਤੇ। ਫੁੱਲ ਸਕਰੀਨ 'ਤੇ ਲਿਖਿਆ ਹੈ ਇਹ ਚੀਜ਼ ਤੁਹਾਡੀ ਆਲਰੇਡੀ ਗਵਰਨਮੈਂਟ ਨੇ ਮੇਲ ਕਰਤੀ ਹੈ, ਤੁਹਾਨੂੰ ਮਿਲ ਜਾਣੀ ਚਾਹੀਦੀ ਹੈ ਇਫ ਨਾਟ ਆਲਰੇਡੀ। ਇਹਦੇ 'ਚ ਤੁਸੀਂ ਦੇਖ ਸਕਦੇ ਹੋ ਦੋ ਤਿੰਨ ਚੀਜ਼ਾਂ ਮੈਂ ਪੁਆਇੰਟ ਆਊਟ ਕਰਨਾ ਚਾਹਾਂਗੀ। ਜਿੱਥੇ ਰੈੱਡ ਐਰੋਜ਼ ਹਨ ਉੱਥੇ ਇੱਕ ਤੁਹਾਡਾ ਪਰਸਨਲ ਯੂਨੀਕ ਕੋਡ ਹੋਏਗਾ, ਉਸ ਕੋਡ ਨੂੰ ਯੂਜ਼ ਕਰਕੇ ਉਸ ਕੋਡ ਦੇ ਰਾਹੀਂ ਹੀ ਤੁਸੀਂ ਇਸ ਚੀਜ਼ ਵਿੱਚ ਇਸ ਸੈਂਸਿਸ ਵਿੱਚ ਪਾਰਟੀਸਿਪੇਟ ਕਰ ਸਕਦੇ ਹੋ। ਅਗਰ ਮੈਂ ਗੱਲ ਕਰਾਂ ਔਨਲਾਈਨ ਦੀ, ਇਸ ਮੇਲਰ ਨੂੰ ਰਿਸੀਵ ਕਰਨ ਤੋਂ ਬਾਅਦ ਹੀ ਤੁਸੀਂ ਔਨਲਾਈਨ ਵੀ ਪਾਰਟੀਸਿਪੇਟ ਕਰ ਸਕਦੇ ਹੋ। ਅਗਰ ਇਹ ਮੇਲਰ ਨਹੀਂ ਆਇਆ ਤੁਹਾਡੇ ਕੋਲ, ਅਗਰ ਮਾਰਚ 20 ਤਰੀਕ ਤੱਕ ਤੁਹਾਨੂੰ ਇਹ ਮੇਲਰ ਨਹੀਂ ਮਿਲਦਾ, ਤੁਸੀਂ ਔਨਲਾਈਨ ਜਾ ਕੇ ਸੈਂਸਿਸ ਬਿਊਰੋ ਦੀ ਜੋ ਵੈਬਸਾਈਟ ਹੈ ਮੈਂ ਰਿਕੁਐਸਟ ਕਰਾਂਗੀ ਉਹ ਹੋਮ ਪੇਜ ਤੁਹਾਨੂੰ ਦਿਖਾਉਣ। ਟੈਕ ਟੀਮ ਜੋ ਵੈਬਸਾਈਟ census.gov ਮੇਨ ਵੈਬਸਾਈਟ ਦਾ URL ਹੈਗਾ 2020census.gov, ਉਹਦੇ 'ਤੇ ਜਾ ਕੇ ਤੁਸੀਂ ਸਭ ਕੁਛ ਅਤੇ ਸਾਰੀ ਜਾਣਕਾਰੀ ਹਾਸਿਲ ਕਰ ਸਕਦੇ ਹੋ ਇਸ ਚੀਜ਼ ਵਿੱਚ। ਬਟ ਅਗਰ ਤੁਸੀਂ ਮੇਨ ਵੈਬਸਾਈਟ ਨੂੰ ਦੇਖੋ census2020.gov, ਉੱਥੇ ਸਭ ਤੋਂ ਪਹਿਲਾ ਬਟਨ ਤੁਹਾਨੂੰ ਦਿਖ ਸਕਦਾ ਹੈ ਟੇਕ ਦਾ ਸੈਂਸਿਸ। ਵਾਂਸ ਯੂ ਕਲਿੱਕ ਦੈਟ ਤੁਹਾਡੇ ਕੋਲ ਇੱਕ ਆਪਸ਼ਨ ਆਏਗਾ ਕਿ ਮੇਰੇ ਕੋਲ ਯੂਨੀਕ ਕੋਡ ਨਹੀਂ ਹੈਗਾ, ਮੈਨੂੰ ਮੇਲਰ ਨਹੀਂ ਮਿਲਿਆ। ਯੂ ਕੈਨ ਸਟਿਲ ਪ੍ਰੋਸੀਡ, ਫਿਰ ਵੀ ਅਗਰ ਤੁਹਾਨੂੰ ਮੇਲਰ ਨਹੀਂ ਵੀ ਮਿਲਦਾ ਤੁਸੀਂ ਔਨਲਾਈਨ ਰਾਹੀਂ ਇਹ ਫੋਰਮ ਕੰਪਲੀਟ ਕਰ ਸਕਦੇ ਹੋ। ਬਟ ਲੈਟਸ ਸੇ ਤੁਹਾਨੂੰ ਮੇਲਰ ਮਿਲ ਗਿਆ, ਤੁਹਾਡੇ ਕੋਲ ਕੋਡ ਹੈਗਾ, ਹੁਣ ਕੀ ਇੰਪੋਰਟੈਂਟ ਡੇਟਸ ਹਨ ਜੋ ਤੁਹਾਨੂੰ ਪਤਾ ਹੋਣੀ ਚਾਹੀਦੀਆਂ? ਇੰਪੋਰਟੈਂਟ ਡੇਟਸ ਵਾਲੀ ਸਲਾਈਡ ਮੈਂ ਜ਼ਰੂਰ ਦੱਸਾਂਗੀ ਤੁਹਾਡੀ ਸਕਰੀਨ 'ਤੇ ਹੁਣੇ ਤੁਹਾਨੂੰ ਦਿਸੂਗੀ। ਇਹਦੇ 'ਚ ਸਭ ਤੋਂ ਪਹਿਲੀ ਡੇਟ ਜੋ ਮੈਂ ਹੁਣੇ ਹੀ ਦੱਸੀ ਹੈ, ਮਾਰਚ 12 ਤੋਂ 20 ਤੱਕ ਗਵਰਨਮੈਂਟ ਨੇ ਇਹ ਜੋ ਫੋਰਮ ਹੈਗਾ ਤੁਹਾਨੂੰ ਮੇਲ ਕਰਤਾ ਹੈ, ਤੁਹਾਨੂੰ ਮਿਲ ਜਾਣਾ ਚਾਹੀਦਾ। ਅਗਰ ਤੁਹਾਨੂੰ ਇਸ ਹਫਤੇ ਤੱਕ ਨਹੀਂ ਮਿਲਦਾ ਦੈਨ ਯੂ ਕੈਨ ਗੋ ਆਨਲਾਈਨ ਐਂਡ ਫਿਲ ਆਊਟ ਦ ਸੈਂਸਿਸ ਵਿਦਆਊਟ ਦ ਫੋਰਮ, ਉਹਦੀ ਆਪਸ਼ਨ ਹੈਗੀ। ਬਟ ਮਾਰਚ 20th ਤੱਕ ਉਹ ਫੋਰਮ ਤੁਹਾਨੂੰ ਮਿਲ ਜਾਣਾ ਚਾਹੀਦਾ। ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਡੇਟ ਹੈਗੀ April 1st. April 1st ਇਜ ਸੈਂਸਿਸ ਡੇ। ਉਹਦਾ ਕੀ ਮਤਲਬ ਹੁੰਦਾ ਹੈ, ਇਟਸ ਕੋਈ ਉਹਦਾ ਕੋਈ ਇੰਪਲੀਕੇਸ਼ਨ ਨਹੀਂ ਹੈਗੀ, ਕੋਈ ਸਕੂਲ ਨਹੀਂ ਬੰਦ ਹੋਣੇ, ਨਥਿੰਗ ਲਾਈਕ ਦੈਟ। ਇਟ ਇਜ਼ ਜਸਟ ਦ ਡੇ ਕਿ ਇੱਕ ਇਸ ਦਿਨ ਦੀ ਗਿਣਤੀ ਹੋਣੀ ਚਾਹੀਦੀ ਹੈ ਕਿ April 1st ਨੂੰ ਤੁਹਾਡੇ ਹਾਊਸਹੋਲਡ ਵਿੱਚ ਕੌਣ ਕੌਣ ਸੀਗਾ। Right? Simple as that. That's all that means. April 1st is the day the government janna chahundi hai ki April 1st 2020 vich todi household di ki situation sigi, kinne members, unna di umar, unna di gender, toda household rental hai
ਜਾਂ ਓਨਰਸ਼ਿਪ ਹੈਗੀ ਤੇ ਕੀ ਹਾਊਸਹੋਲਡ ਦੇ ਮੈਂਬਰਸ ਦੀ ਐਥਨਿਕ ਬੈਕਗ੍ਰਾਉਂਡ ਇੰਡੀਅਨ ਕੋਕੇਸ਼ੀਅਨ ਹਿਸਪੈਨਿਕ ਅਫਰੀਕਨ ਅਮਰੀਕਨ ਇਸ ਤਰ੍ਹਾਂ ਦੀ ਉਹ ਲਿਸਟ ਹੁੰਦੀ ਹੈ ਤੇ ਜਿਸ ਤਰ੍ਹਾਂ ਪਹਿਲੇ ਵੀ ਦੱਸਿਆ ਤੁਸੀਂ ਉਸ ਲਿਸਟ ਵਿੱਚ ਏਸ਼ੀਅਨ ਡੱਬੇ ਨੂੰ ਚੈੱਕ ਕਰਕੇ ਥੱਲੇ ਇੱਕ ਹੋਰ ਆਪਸ਼ਨ ਹੁੰਦਾ ਹੈ ਰਾਈਟ ਇਨ ਉੱਥੇ ਤੁਸੀਂ ਸਿੱਖ ਲਿਖ ਸਕਦੇ ਹੋ ਸੋ ਇਹ ਇੰਪੋਰਟੈਂਟ ਇਨਫੋਰਮੇਸ਼ਨ ਹੈਗੀ ਅਪ੍ਰੈਲ ਤੋਂ ਪ੍ਰੀਟੀ ਮੱਚ ਜੁਲਾਈ ਤੱਕ ਤੁਸੀਂ ਦੇਖ ਲਓ ਜੋ ਸੈਂਸਿਸ ਬਿਊਰੋ ਦੇ ਇੰਪਲੋਈਜ਼ ਹੁੰਦੇ ਹਨ ਜੋ ਉਹਨਾਂ ਦੇ ਵਰਕਰਸ ਹੁੰਦੇ ਹਨ ਉਹ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ ਡੋਰ ਟੂ ਡੋਰ ਜਾ ਕੇ ਮੇਕ ਸ਼ੋਰ ਕਰਦੇ ਹਨ ਜੋ ਲੋਕ ਜਿਨ੍ਹਾਂ ਦੇ ਸਬਮਿਸ਼ਨਸ ਹਾਲੇ ਤੱਕ ਉਹਨਾਂ ਨੂੰ ਨਹੀਂ ਮਿਲੇ ਭਾਵੇਂ ਉਹ ਔਨਲਾਈਨ ਬਾਏ ਮੇਲ ਜਾਂ ਬਾਏ ਫੋਨ ਜਿਨ੍ਹਾਂ ਜਿਨ੍ਹਾਂ ਨੂੰ ਮੇਲਰ ਗਵਰਨਮੈਂਟ ਤੋਂ ਗਿਆ ਸੀ ਇਹਨੂੰ ਉਹਨਾਂ ਨੇ ਰਿਸਪੋਂਡ ਨਹੀਂ ਕੀਤਾ ਹੁਣ ਸੈਂਸਿਸ ਬਿਊਰੋ ਦੇ ਇੰਪਲੋਈਜ਼ ਜਾ ਕੇ ਉਨ ਲੋਕਾਂ ਦੇ ਡੋਰ ਟੂ ਡੋਰ ਪੁੱਛਣਗੇ ਕਿ ਤੁਸੀਂ ਕਿਉਂ ਨਹੀਂ ਪਾਰਟੀਸਪੇਟ ਕੀਤਾ ਤੁਹਾਡੀ ਸਬਮਿਸ਼ਨ ਸਾਨੂੰ ਨਹੀਂ ਮਿਲਿਆ ਸੋ ਤੁਸੀਂ ਇਹ ਵੀ ਐਕਸਪੈਕਟ ਕਰ ਸਕਦੇ ਹੋ ਅਗਰ ਤੁਹਾਨੂੰ ਮੇਲਰ ਆਇਆ ਹੈ ਐਂਡ ਤੁਸੀਂ ਕਿਸੇ ਵੀ ਕਾਰਨ ਲਈ ਉਹਨੂੰ ਨਹੀਂ ਸਬਮਿਟ ਕੀਤਾ ਦੈਟ ਸ਼ਾਇਦ ਤੁਹਾਡੇ ਹਾਊਸਹੋਲਡ ਵਿੱਚ ਕੋਈ ਸੈਂਸਿਸ ਦਾ ਪਰਸਨਲ ਆ ਕੇ ਪੁੱਛੇ ਤੁਹਾਨੂੰ ਤੁਸੀਂ ਕਿਉਂ ਨਹੀਂ ਪਾਰਟੀਸਪੇਟ ਕੀਤਾ ਬਿਕੋਜ਼ ਇਹ ਚੀਜ਼ ਮੈਂਡੇਟਿਡ ਹੈਗੀ ਗਵਰਨਮੈਂਟ ਤੋਂ ਦੈਟ ਹਰ ਇੱਕ ਬੰਦਾ ਜੋ ਇੱਥੇ ਰਹਿੰਦਾ ਹੈ ਰਿਗਾਰਡਲੈਸ ਆਫ ਯੂਰ ਇਮੀਗ੍ਰੇਸ਼ਨ ਸਟੈਟਸ ਸੈਂਸਿਸ ਵਿੱਚ ਉਹਨਾਂ ਨੂੰ ਪਾਰਟੀਸਪੇਟ ਕਰਨਾ ਚਾਹੀਦਾ ਬਿਕੋਜ਼ ਇਟ ਇਜ਼ ਪਾਰਟ ਆਫ ਦੀ ਗਵਰਨਮੈਂਟਸ ਜਿੱਦਾਂ ਕਹਿ ਲਓ ਜੋ ਉਹਨਾਂ ਦੀ ਫੰਕਸ਼ਨ ਹੁੰਦੀ ਹੈ ਉਹ ਆਪਣਾ ਫੰਕਸ਼ਨ ਨਹੀਂ ਨਿਭਾ ਸਕਦੇ ਅਗਰ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਉਹਨਾਂ ਦੀ ਸਿਟੀਜ਼ਨਰੀ ਕਿੱਥੇ ਰਹਿੰਦੀ ਹੈ ਕਿੰਨੀ ਉਹਨਾਂ ਦੀ ਗਿਣਤੀ ਹੈਗੀ ਅਤੇ ਕਿਸ ਉਹ ਐਥਨਿਕ ਗਰੁੱਪ ਵਿੱਚ ਫਿੱਟ ਆਉਂਦੇ ਹਨ ਰਾਈਟ ਸੋ ਇਹ ਤਾਂ ਹੋ ਗਈਆਂ ਮੇਨ ਚੀਜ਼ਾਂ ਮੈਂ ਤੁਹਾਨੂੰ ਇਹ ਵੀ ਦਿਖਾਵਾਂਗੀ ਅਗਰ ਤੁਸੀਂ ਔਨਲਾਈਨ ਪਾਰਟੀਸਪੇਟ ਕਰਦੇ ਹੋ ਸਿੰਪਲ ਕੁਛ ਸਟੈਪਸ ਹਨ ਜਿੱਦਾਂ ਮੈਂ ਕਿਹਾ ਕੁਐਸਚਨਸ ਵੀ ਜ਼ਿਆਦਾ ਲੰਬੇ ਨਹੀਂ ਹਨ ਇਸ ਚੀਜ਼ ਵਿੱਚ ਅਤੇ ਤੁਹਾਡੀ ਕਾਲਸ ਵੀ ਚੁੱਕਾਂਗੇ ਬਟ ਇੱਥੇ ਆਪਾਂ ਰੁਕਦੇ ਹਾਂ ਛੋਟੀ ਜਿਹੀ ਬ੍ਰੇਕ ਲਈ ਜੁੜੇ ਰਹੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ ਗੱਲ ਹੋ ਰਹੀ ਹੈ ਸੈਂਸਿਸ 2020 ਦੀ ਜਿਸ ਦੇ ਨਾਲ ਸਾਡੀ ਕਮਿਊਨਿਟੀ ਦੀ ਗਿਣਤੀ ਹੋਏਗੀ ਇਸ ਕੰਟਰੀ ਵਿੱਚ ਇਹ ਸੈਂਸਿਸ ਹਰ 10 ਸਾਲ ਆਉਂਦਾ ਹੈ ਅਤੇ ਇਹਦੀ ਸਾਰੀ ਜਾਣਕਾਰੀ ਸਾਰੀ ਅਪਡੇਟਸ ਇੰਪੋਰਟੈਂਟ ਡੇਟਸ ਤੁਹਾਨੂੰ ਦੱਸਣਾ ਚਾਹੁੰਦੇ ਇਸ ਪ੍ਰੋਗਰਾਮ ਵਿੱਚ ਕਾਲਰਸ ਜੁੜ ਚੁੱਕੇ ਸੁਣਦੇ ਉਹਨਾਂ ਦੇ ਸਵਾਲ ਸਤਿ ਸ਼੍ਰੀ ਅਕਾਲ ਤੁਸੀਂ ਔਨ ਏਅਰ ਹੋ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਹ ਦੱਸਿਆ ਸੀ ਕਿ ਅਸੀਂ ਫਾਰਮ ਮੇਲ 'ਚ ਵੀ ਰਿਸੀਵ ਕਰਾਂਗੇ ਉਹ ਮੇਲ ਕਿਹੜੀ ਹੋਏਗੀ ਸਟੈਂਡਰਡ ਮੇਲ ਹੋਏਗੀ ਕਿ USPS ਫਸਟ ਕਲਾਸ ਮੇਲ ਆਉਂਦੀ ਹੈ ਤੇ ਕਈ ਵਾਰੀ ਅਸੀਂ ਸਟੈਂਡਰਡ ਮੇਲ ਟ੍ਰੈਸ਼ ਵਿੱਚ ਸੁੱਟ ਦਿੰਦੇ ਹਾਂ ਨਾ ਨਹੀਂ ਪਤਾ ਲੱਗਦਾ ਫਿਰ ਕੋਡ ਦਾ ਨਹੀਂ ਸਾਨੂੰ ਪਤਾ ਲੱਗਦਾ ਤੇ ਨਾ ਰਿਸੀਵ ਹੋਇਆ ਤੇ ਕਿਹੜੀ ਡੇਟ ਤੱਕ ਫਿਰ ਆਪਾਂ ਅਪਲਾਈ ਨਹੀਂ ਕਰ ਸਕਦੇ ਜੀ ਅਤੇ ਸਟੈਂਡਰਡ ਮੇਲ ਰਾਹੀਂ ਆਏਗੀ ਉਹਦਾ ਕੋਈ ਸਿਗਨੇਚਰ ਨਹੀਂ ਹੋਏਗਾ ਬਟ ਤੁਸੀਂ ਪਲੀਜ਼ ਇਹਦੇ ਲਈ ਨਜ਼ਰ ਰੱਖਿਓ ਸ਼ਾਇਦ ਕਦੀ ਕਦੀ ਲੋਕ ਉਹਨੂੰ ਜੰਕ ਮੇਲ ਸਮਝ ਕੇ ਸੁੱਟ ਸਕਦੇ ਹਾਂਜੀ ਕੀਪ ਯੈਸ ਨਹੀਂ ਇਹ ਜੰਕ ਮੇਲ ਬਿਲਕੁਲ ਨਹੀਂ ਹੈਗੀ ਉਹਦੇ 'ਤੇ ਵੱਡਾ ਲਿਖਿਆ ਹੋਏਗਾ ਸੈਂਸਿਸ 2020 ਅਤੇ ਅਗਰ ਤੁਹਾਨੂੰ ਲੱਗਦਾ ਕਿ ਇਹ ਮਿਸ ਹੋ ਗਈ ਹੈ ਤੁਹਾਡੇ ਤੋਂ ਜਾਂ ਗੁੰਮ ਹੋ ਗਈ ਹੈ ਲੈਟਰ ਜਾਂ ਤੁਹਾਨੂੰ ਮਿਲੀ ਨਹੀਂ ਹੈਗੀ ਜਿੱਦਾਂ ਤੁਹਾਨੂੰ ਦੱਸਿਆ ਤੁਸੀਂ ਵੈਬਸਾਈਟ 'ਤੇ ਜਾ ਕੇ ਸੈਂਸਿਸ 2020.gov 'ਤੇ ਜਾ ਕੇ ਫਿਰ ਵੀ ਫਿਲ ਆਊਟ ਕਰ ਸਕਦੇ ਹੋ ਇਹ ਸਰਵੇ ਔਨਲਾਈਨ ਉਹਦੇ 'ਤੇ ਆਪਸ਼ਨ ਲਿਖਿਆ ਹੋਏਗਾ ਦੈਟ ਆਈ ਡਿਡ ਨਾਟ ਰਿਸੀਵ ਅ ਕੋਡ ਸੋ ਅਗਰ ਤੁਹਾਨੂੰ ਨਹੀਂ ਲੱਗਦਾ ਅਗਰ ਤੁਹਾਨੂੰ ਲੱਗਦਾ ਕਿ ਮੇਲ ਨਹੀਂ ਤੁਹਾਨੂੰ ਮਿਲੀ ਤੁਸੀਂ ਇਸ ਤਰ੍ਹਾਂ ਵੀ ਪਾਰਟੀਸਪੇਟ ਕਰ ਸਕਦੇ ਹੋ ਓਕੇ ਥੈਂਕ ਯੂ ਓਕੇ ਲਾਸਟ ਡੇਟ ਕਿਹੜੀ ਹੈ ਜੀ ਲਾਸਟ ਡੇਟ ਕਿਹੜੀ ਤੁਸੀਂ ਬੇਸਿਕਲੀ ਅਪ੍ਰੈਲ 1st ਤੱਕ ਉਹਨਾਂ ਨੂੰ ਸਬਮਿਸ਼ਨਸ ਚਾਹੀਦੀਆਂ ਹੁੰਦੀਆਂ ਬਟ ਅਪ੍ਰੈਲ till July they will collect the information as well but sadi a recommendation hoegi jinni jaldi to jaldi tusi participate kar sakde ho you should do that okay my last question is Jee. let's say we are a family of 4 or 5 members we have to fill out online one application or each member Jee. have to fill one out? application for the household so ਪਰ ਹਾਊਸਹੋਲਡ ਭਾਵੇਂ ਤੁਹਾਡੇ ਹਾਊਸਹੋਲਡ ਵਿੱਚ 4 ਲੋਕ ਹਨ 10 ਲੋਕ ਹਨ 2 ਹਨ ਤੁਸੀਂ ਪਰ ਹਾਊਸਹੋਲਡ 1 ਸਬਮਿਸ਼ਨ ਕਰਨੀ ਹੈ ਓਕੇ ਆਈ ਗਾਟ ਇਟ ਓਕੇ ਓਕੇ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਸਤਿ ਸ਼੍ਰੀ ਅਕਾਲ ਤੁਸੀਂ ਲਾਈਵ ਔਨ ਏਅਰ ਹੋ ਕੌਣ ਬੋਲ ਰਹੇ ਹੋ ਮੈਂ ਬਹਾਦਰ ਸਿੰਘ ਬੋਲ ਰਿਹਾ ਜੀ ਸੀਐਟਲ ਤੋਂ ਸਤਿ ਸ਼੍ਰੀ ਅਕਾਲ ਬਹਾਦਰ ਸਿੰਘ ਜੀ
ਮੈਂ ਤੁਹਾਡਾ ਧੰਨਵਾਦ ਕਰਦਾ ਕਿ ਪਿਛਲੇ ਦਿਨਾਂ ਵਿੱਚ ਮੈਂ ਰਿਕੁਐਸਟ ਕੀਤੀ ਸੀ ਕਿ ਸੈਂਸਸ ਬਾਰੇ ਕੁਛ ਨਾ ਕੁਛ ਜ਼ਰੂਰ ਇਨਫੋਰਮੇਸ਼ਨ ਦਿੱਤੀ ਜਾਏ ਜੀ, ਜੋ ਤੁਸੀਂ ਦੇ ਰਹੇ ਉਹਦੇ ਲਈ ਮੈਂ ਧੰਨਵਾਦ ਕਰਦਾ ਹਾਂ। ਥੈਂਕ ਯੂ। ਔਰ ਇੱਕ ਗੱਲ ਮੈਂ ਕਨਫਰਮ ਕਰਨਾ ਚਾਹੁੰਦਾ ਹਾਂ ਜੀ ਕਿ ਪਿਛਲੀ ਸੈਂਸਸ ਵਿੱਚ ਵੀ ਜਿਵੇਂ ਨਵੇਂ ਕਾਲਮ ਦੇ ਵਿੱਚ ਅਦਰਸ ਵਿੱਚ ਲਿਖਿਆ ਗਿਆ ਸੀ ਸਿੱਖ, ਤੇ ਹੁਣ ਵੀ ਉਸੇ ਤਰ੍ਹਾਂ ਹੀ ਮੈਂ ਦੇਖਿਆ ਇੱਕ ਫਾਰਮ ਦੇ ਵਿੱਚ ਕਿ ਤੁਸੀਂ ਆਪ ਸਿੱਖ ਲਿਖ ਸਕਦੇ ਹੋ ਜੀ। ਇਸ ਦੀ ਕਨਫਰਮੇਸ਼ਨ ਤੁਸੀਂ ਡਿਪਾਰਟਮੈਂਟ ਤੋਂ ਲੈ ਸਕਦੇ ਹੋ ਜੀ ਕਿ ਜੋ ਉੱਥੇ ਲਿਖਿਆ ਜਾਏਗਾ ਉਹ ਕਨਫਰਮ ਹੋਵੇਗਾ ਜਾਂ ਉਹ ਵੀ ਅਦਰ ਕਰਕੇ ਦੂਜੇ ਸੈਕਸ਼ਨ ਵਿੱਚ ਹੀ ਉੱਡ ਜਾਏਗਾ। ਨਹੀਂ, ਮੈਂ ਤੁਹਾਨੂੰ ਇਹ ਕਨਫਰਮ ਦੱਸ ਸਕਦੀ ਹਾਂ, ਹੁਣ ਜੋ ਸੈਂਸਿਸ ਬਿਊਰੋ ਹੈਗਾ ਉਹਨਾਂ ਦੇ ਵੱਲੋਂ ਇਹ ਚੀਜ਼ ਕਨਫਰਮ ਹੋ ਗਈ ਹੈ ਕਿ ਸੈਂਸਿਸ ਬਿਊਰੋ ਨੇ ਕੋਡਿੰਗ ਆਲਰੇਡੀ ਇੰਪਲੀਮੈਂਟ ਕਰਤੀ ਹੈ। ਜੋ ਕੋਡ ਉਹਨਾਂ ਨੂੰ ਚਾਹੀਦਾ ਹੁੰਦਾ ਬੈਕ ਐਂਡ 'ਤੇ ਇਸ ਸਿੱਖ ਆਈਡੈਂਟੀਫਾਇਰ ਦੀ ਗਿਣਤੀ ਲਈ, ਉਹ ਆਲਰੇਡੀ ਇੰਪਲੀਮੈਂਟ ਹੋ ਚੁੱਕਿਆ ਹੈ। ਸੈਂਸਿਸ ਬਿਊਰੋ ਤੋਂ ਇਹ ਚੀਜ਼ ਕਨਫਰਮ ਹੈ ਕਿ ਅਗਰ ਕੋਈ ਉਸ ਅਦਰ ਕੋਲਮ ਵਿੱਚ ਸਿੱਖ ਲਿਖਣਗੇ ਉਹਦੀ ਗਿਣਤੀ ਸੈਪਰੇਟਲੀ ਅਤੇ ਇੰਡੀਵਿਜੁਅਲੀ ਜ਼ਰੂਰ ਹੋਏਗੀ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਹਾਂ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਐਡ ਕਰਨਾ ਸੀਗਾ ਆਪਣੇ ਪੰਜਾਬੀ 'ਚ ਨਾ, ਉੱਥੇ ਇਹਨੂੰ ਮਰਦਮ ਸ਼ੁਮਾਰੀ ਕਹਿੰਦੇ ਸੀ। ਹਾਂਜੀ ਹਾਂਜੀ ਹਾਂਜੀ, ਮਰਦਮ ਸ਼ੁਮਾਰੀ। ਮਰਦਮ ਸ਼ੁਮਾਰੀ ਜੀ। ਹਾਂਜੀ, ਇੱਥੇ ਸੈਂਸਸ ਕੈਂਸਲ ਕਰ, ਜਸਟ ਫਾਰ ਦੀ ਇਨਫੋਰਮੇਸ਼ਨ। ਥੈਂਕ ਯੂ। ਜਿਵੇਂ ਜਿੱਥੇ ਸਿੱਖ ਲਿਖਣਾ ਨਾ, ਉਹ ਅਦਰ ਦੇ ਅੰਦਰ ਆਉਣਾ। ਜੀ 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 ਜੀ, ਐਬਸੋਲੂਟਲੀ ਐਬਸੋਲੂਟਲੀ। ਤੇ ਹਾਂਜੀ, ਐਸ ਆਈ ਕੇ ਐਚ ਲਿਖਣਾ। ਜੀ ਜੀ, ਥੈਂਕ ਯੂ ਸੋ ਮੱਚ। ਕਾਲਰਸ ਨੇ ਇੱਕ ਬੜੀ ਇੰਪੋਰਟੈਂਟ ਚੀਜ਼ ਸ਼ੇਅਰ ਕੀਤੀ ਹੈ, ਮਦਮ ਸ਼ੁਮਾਰੀ। ਇਹਦਾ ਮਤਲਬ ਸੈਂਸਿਸ ਜਿਸ ਤਰ੍ਹਾਂ ਸਾਡੀ ਗੱਲ ਹੋ ਰਹੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਹਾਂਜੀ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ, ਦੱਸੋ ਤੁਸੀਂ ਲਾਈਵ ਹੋ। ਮੈਂ ਫਿਰ ਦੁਬਾਰਾ ਕਾਲ ਮਿਲ ਗਿਆ, ਮੈਂ ਇੱਕ ਕਾਲਰ ਦੀ ਲਿਸਨਿੰਗ ਤੋਂ ਮੈਨੂੰ ਦੁਬਾਰਾ ਯਾਦ ਆ ਗਿਆ ਕਿ ਵਾਈ ਡੋਂਟ ਯੂ ਚੇਂਜ ਦਾ ਫਾਰਮ ਜਿੱਥੇ ਸਿੱਖ ਵੀ ਲਿਖਿਆ ਹੈ, ਬਾਕਸ ਹੁੰਦਾ ਵਾ ਹੌਲੀ ਹੌਲੀ ਕਰਕੇ। ਉਹ ਕਨਫਿਊਜ਼ਨ ਹੋਇਆ ਸੀ ਨਾ ਪਿੱਛੇ, ਦੋ ਫਾਰਮ ਜੇ ਕਾਉਂਟੇ। ਜੀ ਜੀ ਜੀ, ਨਹੀਂ ਇਹ ਬੜਾ ਵੈਲਿਡ, ਤੁਹਾਡਾ ਬੜਾ ਜਾਇਜ਼ ਕੁਐਸਚਨ ਬਣਦਾ ਹੈ ਕਿ ਇਸ ਵੇਲੇ ਅਗਰ ਤੁਸੀਂ ਸੈਂਸਿਸ ਫੋਰਮ ਨੂੰ ਦੇਖੋਗੇ ਉਹਦੇ 'ਤੇ 9 ਕੈਟੇਗਰੀਜ਼ ਹਨ। ਐਥਨਿਕ ਆਈਡੈਂਟੀ, ਜਿੱਦਾਂ ਪਹਿਲੇ ਵੀ ਦੱਸਿਆ, ਐਫਰੀਕਨ ਅਮੈਰੀਕਨ, ਏਸ਼ੀਅਨ, ਹਿਸਪੈਨਿਕ, ਇਹ ਸਾਰੀ ਚੀਜ਼ਾਂ ਉੱਥੇ ਲਿਸਟਡ ਹੈਗੀਆਂ। ਉੱਥੇ ਏਸ਼ੀਅਨ ਇਸ ਵੇਲੇ ਲਿਖਿਆ ਹੋਇਆ ਐਜ਼ ਦੀ ਆਈਡੈਂਟੀਫਾਇਰ ਫੋਰ ਆਵਰ ਕਮਿਊਨਿਟੀ। ਏਸ਼ੀਅਨ ਵਿੱਚ ਚਾਈਨੀਜ਼ ਵੀ ਆਉਂਦੇ ਹਨ, ਵੀਟਨਮੀਜ਼ ਵੀ ਆਉਂਦੇ ਹਨ, ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ੀ, ਸ਼੍ਰੀਲੰਕਨ, ਸਾਰੇ ਹੀ ਉਹਨਾਂ ਨੇ ਏਸ਼ੀਅਨ ਇੱਕ ਕੈਟੇਗਰੀ ਵਿੱਚ ਲੰਪ ਕਰ ਦੇਣ। ਬਟ ਓਬਵੀਅਸਲੀ ਇਨ ਸਾਰੀ ਕਮਿਊਨਿਟੀਜ਼ ਦੀ ਨੀਡਸ ਅਤੇ ਉਹਨਾਂ ਦੀ ਜੋ ਫੈਡਰਲ ਰੈਕਗਨੀਸ਼ਨ ਹੈਗੀ ਉਹ ਅਲੱਗ ਹੋਣੀ ਚਾਹੀਦੀ ਹੈ, ਅਤੇ ਸਿੱਖ ਕਮਿਊਨਿਟੀ ਦਾ ਵੀ ਇਹੀ ਕਹਿਣਾ ਸੀਗਾ। ਅਤੇ ਉਹਨਾਂ ਨੇ ਇਸ ਚੀਜ਼ ਨੂੰ ਇੱਕ ਸਟੈਪ ਅੱਗੇ ਵਧਾਇਆ ਹੈ ਸੈਂਸਿਸ ਬਿਊਰੋ ਤੋਂ, ਕੋਡਿੰਗ ਕਰਕੇ ਕਿ ਤੁਸੀਂ ਸਿੱਖ ਅਗਰ ਲਿਖਦੇ ਹੋ ਤਾਂ ਉਹ ਉਸ ਚੀਜ਼ ਨੂੰ ਗਿਣਨਗੇ। ਬਟ ਜਿਸ ਤਰ੍ਹਾਂ ਕਾਲਰ ਨੇ ਕਿਹਾ ਕਿ ਉੱਥੇ ਕਿਉਂ ਨਹੀਂ ਸਿੱਖ ਇੱਕ ਇੰਡੀਵਿਜੁਅਲ ਅਤੇ ਸੈਪਰੇਟ ਕੈਟੇਗਰੀ ਆਲਰੇਡੀ ਉੱਥੇ ਪ੍ਰਿੰਟਡ ਹੁੰਦੀ, ਉਹ ਚੀਜ਼ ਸਿਰਫ ਤਦ ਹੀ ਹੋ ਸਕਦੀ ਹੈ ਅਗਰ ਇਸ ਸੈਂਸਿਸ ਦੇ ਨਾਲ ਪਾਰਟੀਸਪੇਟ ਕਰਕੇ ਸਾਡੀ ਕਮਿਊਨਿਟੀ ਦਿਖਾਉਂਦੀ ਹੈ ਗਵਰਨਮੈਂਟ ਨੂੰ ਕਿ ਸਾਡੀ ਕਿੰਨੀ ਕੁ ਗਿਣਤੀ ਹੈ। ਅਗਰ ਉਹ ਨੰਬਰਸ ਇੱਕ ਲੈਵਲ ਤੱਕ ਹੋਣਗੇ ਜਾਂ ਉਸ ਤੋਂ ਵੱਧ ਹੋਣਗੇ, ਦੈਨ ਗਵਰਨਮੈਂਟ ਇਸ ਚੀਜ਼ ਨੂੰ ਜ਼ਰੂਰ ਕੰਸਿਡਰ ਕਰੇਗੀ ਕਿ ਉੱਥੇ ਸੈਪਰੇਟ ਬਾਕਸ ਹੋਣਾ ਚਾਹੀਦਾ ਜਿੱਥੇ ਲਿਖਿਆ ਹੋਏ ਸਿੱਖ, ਤੁਹਾਨੂੰ ਉਹ ਲਿਖਣਾ ਨਾ ਪਏ। ਬਟ ਫਾਰ ਦਿਸ ਈਅਰ ਤੁਸੀਂ ਲਿਖ ਸਕਦੇ ਹੋ ਅਤੇ ਉਹਦੀ ਗਿਣਤੀ ਜ਼ਰੂਰ ਹੋਏਗੀ। ਇੱਥੇ ਸਾਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਗੱਲ ਇਸ ਤਰ੍ਹਾਂ ਹੀ ਜਾਰੀ ਰਹੇਗੀ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ, ਗੱਲ ਹੋ ਰਹੀ ਹੈ ਸੈਂਸਿਸ 2020 ਦੀ, ਕਾਲਰਸ ਜੁੜ ਚੁੱਕੇ ਹਨ, ਉਹਨਾਂ ਦੇ ਵੀ ਸੁਣਦੇ ਹਾਂ ਵਿਚਾਰ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਹਾਂਜੀ ਅਸ਼ਮੀਤਾ, ਸਤਿ ਸ਼੍ਰੀ ਅਕਾਲ, ਮੈਂ ਹਰਦੇਵ ਸਿੰਘ ਬੋਲ ਰਿਹਾ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਦੱਸੋ ਤੁਹਾਡਾ ਕੀ ਸਵਾਲ ਹੈ। ਹਾਂਜੀ ਅਸ਼ਮੀਤਾ, ਫਸਟ ਆਫ ਆਲ ਆਈ ਅਪਰੀਸ਼ੀਏਟ ਯੂਰ ਵਰਕ ਯੂ ਡੂਇੰਗ ਫਾਰ ਕਮਿਊਨਿਟੀ। ਇਹ ਕਮਿਊਨਿਟੀ ਦਾ ਚੈਨਲ ਆ, ਤੁਸੀਂ ਆਪਣਾ ਫਰਜ਼ ਨਿਭਾ ਰਹੇ ਹੋ ਲੋਕਾਂ ਨੂੰ ਐਜੂਕੇਟ ਕਰਨ ਵਾਸਤੇ ਕਿ ਸੈਂਸਸ 2020 ਵਿੱਚ ਅਸੀਂ ਜ਼ਰੂਰ ਆਪਣੀ ਸ਼ਮੂਲੀਅਤ ਕਰੀਏ ਜੀ, ਤੇ ਇਹ ਬਹੁਤ ਜ਼ਰੂਰੀ ਆ, ਕੋਈ ਵੀ ਇਹਦੇ ਤੋਂ ਰਹਿ ਨਾ ਜਾਵੇ ਜੀ। ਤੇ ਮੈਂ ਰਿਕੁਐਸਟ ਕਰਾਂਗਾ, ਰਿਕਮੈਂਡ ਵੀ ਕਰਾਂਗਾ ਕਿ ਜਦੋਂ ਤੱਕ ਸੈਂਸਸ ਇਹ ਹੋਣੀ ਆ, ਇਹਦੇ ਲਾਸਟ ਡੇਟ ਆ, ਤੁਸੀਂ ਹਫ਼ਤੇ ਵਿੱਚ ਇੱਕ ਵਾਰੀ ਜ਼ਰੂਰ ਇਹ ਪ੍ਰੋਗਰਾਮ ਲੋਕਾਂ ਨੂੰ ਐਜੂਕੇਟ ਕਰਨ ਵਾਸਤੇ ਦਿਆ ਕਰੋ ਜੀ ਜੀ।
ਅੱਛਾ, ਇੱਕ ਇਹ ਫਾਰਮ ਸਾਰਿਆਂ ਨੂੰ ਮਿਲੇ ਹੋਣਗੇ, ਜਿਸ ਤਰ੍ਹਾਂ ਇਸ ਕਿਹਾ ਤੁਸੀਂ ਵੀ ਰੱਦੀ ਸਮਝ ਕੇ ਨਾ ਸੁੱਟ ਦਿਓ, ਇਟਸ ਵੈਰੀ ਇੰਪੋਰਟੈਂਟ ਪੇਪਰ, ਤਾਂ ਇਹਦੇ ਚ ਮੈਨੂੰ ਵੀ ਮਿਲਿਆ ਹੈ, ਇੱਥੇ ਥੱਲੇ ਲਾਈਨ ਲਿਖੀ ਆ ਜਿੱਥੇ ਕੋਡ ਆ, ਇਫ ਵੀ ਡੂ ਨਾਟ ਰਿਸੀਵ ਯੂਰ ਰਿਸਪਾਂਸ ਔਨਲਾਈਨ ਵੀ ਵਿਲ ਮੇਲ ਏ ਪੇਪਰ ਕੁਐਸਚਨੇਅਰ ਟੂ ਯੂਰ ਐਡਰੈਸ ਇਨ ਅ ਫਿਊ ਵੀਕਸ। ਜੀ, ਸੋ ਜਿਹੜੇ ਲੋਕੀ ਔਨਲਾਈਨ ਨਹੀਂ ਭਰ ਸਕਦੇ ਉਹਨਾਂ ਨੂੰ ਇਹ ਕੁਐਸਚਨੇਅਰ ਹੋਊਗਾ, ਉਹਦੇ ਤੇ ਵੀ ਬਾਈ ਮੇਲ ਉਹ ਭਰ ਕੇ ਭੇਜ ਸਕਦੇ ਆ। ਤੇ ਇੱਕ ਕੁਐਸਚਨ ਪੁੱਛਿਆ ਸੀ ਤੁਹਾਡੇ ਪਹਿਲਾਂ ਇੱਕ ਕਾਲਰ ਨੇ ਕਿ ਇਹਦੀ ਲਾਸਟ ਡੇਟ ਕਿਹੜੀ ਆ, ਜੀ ਕੋਈ ਇਸ ਤਰ੍ਹਾਂ ਪਤਾ ਲੱਗ ਜੇ ਤਾਂ ਉਦੋਂ ਤੱਕ ਮੇਕ ਸ਼ੋਰ ਦੈਨ ਐਵਰੀਬਾਡੀ ਦੈਟ ਵੀ ਹੈਵ ਟੂ ਮੇਲ ਇਟ ਬਿਫੋਰ ਦੈਟ। ਜੀ 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 ਬੰਦੇਸ਼ਾ ਜੀ, ਅਗਰ ਆਪਾਂ ਇਸ ਵੇਲੇ ਸੈਂਸਿਸ ਦੀ ਵੈਬਸਾਈਟ ਨੂੰ ਕੰਸਲਟ ਕਰਦੇ ਹਾਂ, ਜੋ ਡੇਟਸ ਆਪਾਂ ਲਿਸਟ ਕੀਤੀਆਂ ਸੀ ਤੁਹਾਡੇ ਲਈ, ਇਹੀ ਇਨਫੋਰਮੇਸ਼ਨ ਉਹਨਾਂ ਦੇ ਵੱਲੋਂ ਸਾਨੂੰ ਮਿਲੀ ਹੈ ਕਿ ਜੁਲਾਈ ਤੱਕ ਉਹਨਾਂ ਨੇ ਆਪਣੇ ਪਰਸਨਲ ਦੇ ਨਾਲ ਕਲੈਕਟ ਕਰਨੇ ਹੈ ਸਵਾਲ ਉਹਨਾਂ ਤੋਂ ਜਿਨ੍ਹਾਂ ਨੇ ਆਲਰੇਡੀ ਸਬਮਿਟ ਨਹੀਂ ਕੁਛ ਕੀਤਾ, ਭਾਵੇਂ ਉਹ ਔਨਲਾਈਨ ਜਾਂ ਬਾਏ ਮੇਲ ਹੋਏ, ਅਤੇ ਜੁਲਾਈ ਤੱਕ ਤਾਂ ਟਾਈਮ ਉਹ ਰੱਖ ਰਹੇ ਹਨ। ਡਿਸੰਬਰ ਵਿੱਚ ਉਹਨਾਂ ਨੇ ਇਹ ਸਾਰੀ ਜੋ ਗਿਣਤੀ ਉਸ ਵੇਲੇ ਤੱਕ ਹੋਣੀ ਹੈ ਸਬਮਿਟ ਕਰਨੀ ਹੈ ਪ੍ਰੈਜ਼ੀਡੈਂਟ ਨੂੰ। ਸੋ ਆਈ ਵੁੱਡ ਸੇ ਕਿ ਸਾਡੇ ਲਈ ਜੁਲਾਈ ਦਾ ਟਾਈਮ ਹੋਣਾ ਚਾਹੀਦਾ ਹੈ, ਬਟ ਜਿਸ ਤਰ੍ਹਾਂ ਮੈਂ ਵਿਊਅਰਸ ਨੂੰ ਪਹਿਲੇ ਵੀ ਕਿਹਾ, ਜਿੰਨੀ ਛੇਤੀ ਤੋਂ ਛੇਤੀ ਤੁਸੀਂ ਇਸ ਵਿੱਚ ਪਾਰਟੀਸਿਪੇਟ ਕਰ ਸਕਦੇ ਹੋ। ਸਿੰਪਲ ਜਿਹਾ ਫੋਰਮ ਹੈ, ਸਿਰਫ ਤੁਹਾਡੇ ਹਾਊਸਹੋਲਡ ਦੇ ਵਿੱਚ ਕੌਣ ਕੌਣ ਰਹਿ ਰਿਹਾ ਇਹਨਾਂ ਦੀ ਕੁਛ ਸਿੰਪਲ ਇਨਫੋਰਮੇਸ਼ਨ ਸਬਮਿਟ ਕਰਨ ਦੀ ਲੋੜ ਹੈ, ਦੈਟਸ ਇਟ। ਉਹਦੇ ਨਾਲ ਹੀ ਤੁਹਾਡੀ ਪੂਰੀ ਕਮਿਊਨਿਟੀ ਦੀ ਆਈਡੈਂਟੀ ਸਟਰੈਂਥਨ ਹੋ ਸਕਦੀ ਹੈ, ਮਜ਼ਬੂਤ ਹੋ ਸਕਦੀ ਹੈ। ਸੋ ਇਹ ਜ਼ਰੂਰ ਬੰਦਾ। ਥੈਂਕ ਯੂ ਬੰਦੇਸ਼ਾ ਜੀ ਤੁਹਾਡੀ। ਹਾਂਜੀ ਹਾਂਜੀ ਹਾਂਜੀ, ਦੱਸੋ ਜੀ। ਹਾਂਜੀ ਹਾਂਜੀ ਬੰਦੇਸ਼ਾ ਜੀ, ਸੋਰੀ ਦੱਸੋ। ਇੱਕ ਨਾ ਇੱਕ ਵਟਸਐਪ ਤੇ ਕਈ ਫਾਰਮ ਹੋਏ ਨੇ, ਉਹਦੇ ਵਿੱਚ ਫਾਰਮ ਦੇ ਵਿੱਚ ਸ਼ੋ ਕੀਤਾ ਵੀ ਇਸ ਨੌਵੇਂ ਕਾਲਮ ਤੇ ਤੁਸੀਂ ਸਿੱਖ ਲਿਖਣਾ ਜੀ, ਜੇ ਹੋ ਸਕੇ ਤੇ ਨੈਕਸਟ ਟਾਈਮ ਤੁਸੀਂ ਉਹ ਫਾਰਮ ਪ੍ਰਿੰਟ ਕਰਕੇ ਤੇ ਸਪੈਸ਼ਲੀ ਲੋਕਾਂ ਨੂੰ ਦੱਸੋ। ਕਈ ਲੋਕ ਨੇ ਜਿਹੜੇ ਸਾਡੇ ਬਜ਼ੁਰਗ ਨੇ, ਉਹਨਾਂ ਨੂੰ ਨਹੀਂ ਪਤਾ ਇਸ ਤਰ੍ਹਾਂ, ਉਹਦੇ ਬਾਰੇ ਵੀ ਤੁਸੀਂ ਨੈਕਸਟ ਪ੍ਰੋਗਰਾਮ ਵਿੱਚ ਦੱਸਿਓ। ਇੱਕ ਰਿਕੁਐਸਟ ਹੋ ਰਿਹਾ, ਕਰੋਨਾ ਦਾ ਜਿਹੜਾ ਬੜਾ ਇਸ ਵੇਲੇ ਪੈਨਿਕ ਆ, ਮੈਂ ਆਈ ਵਿਲ ਰਿਕੁਐਸਟ ਕਿ ਕੋਈ ਨੈਕਸਟ ਟਾਈਮ ਤੁਸੀਂ ਐਕਸਪਰਟ ਲਿਆ ਕੇ, ਇਨਫੈਕਸ਼ੀਅਸ ਡਿਜ਼ੀਜ਼ ਦਾ ਕੋਈ ਡਾਕਟਰ ਲਿਆ ਕੇ। ਥਰਸਡੇ ਨੂੰ ਬੰਦੇਸ਼ਾ ਜੀ, ਥਰਸਡੇ ਨੂੰ ਸਾਡੇ ਨਾਲ ਕਾਫੀ ਸਾਰੇ ਮੈਡੀਕਲ ਪ੍ਰੋਫੈਸ਼ਨਸ ਜੁੜਨਗੇ ਇਸ ਸ਼ੋਅ ਵਿੱਚ, ਕਰੋਨਾ ਦੀ ਡੀਟੇਲਡ ਜੋ ਵਾਇਰਸ ਦੀ ਸਪਰੈਡ ਹੈਗੀ ਅਤੇ ਕੀ ਅਪਡੇਟਸ ਕਮਿਊਨਿਟੀ ਲਈ ਇਸ ਵੇਲੇ ਸਭ ਤੋਂ ਇੰਪੋਰਟੈਂਟ ਹਨ, ਸਾਰੀ ਥਰਸਡੇ ਨੂੰ ਜ਼ਰੂਰ ਸ਼ੇਅਰ ਕਰਾਂਗੇ, ਤੁਸੀਂ ਵੀ ਜ਼ਰੂਰ ਜੁੜਿਓ ਸਾਡੇ ਨਾਲ। ਵੈਰੀ ਗੁੱਡ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਹੈ ਵੀ ਅਸੀਂ ਜਿਹੜਾ ਹੈਗਾ ਏਸ਼ੀਅਨ, ਉਸ ਤੇ ਮਾਰਕ ਨਹੀਂ ਕਰਨਾ? ਤੁਸੀਂ ਉਸ ਜੋ ਕੋਲਮ ਹੈਗਾ ਉਹਦੇ ਵਿੱਚ ਤੁਸੀਂ ਇੱਕ ਤੋਂ ਵੱਧ ਚੀਜ਼ਾਂ ਚੂਜ਼ ਕਰ ਸਕਦੇ ਹੋ। ਤੁਸੀਂ ਏਸ਼ੀਅਨ ਅਗਰ ਚੂਜ਼ ਕਰਨਾ, ਤੁਸੀਂ ਉਹਨੂੰ ਜ਼ਰੂਰ ਟਿਕ ਮਾਰਕ ਕਰ ਸਕਦੇ ਹੋ, ਬਟ ਥੱਲੇ ਜਾ ਕੇ ਇੱਕ ਓਪਨ ਫੀਲਡ ਹੋਏਗੀ, ਉਹਦੇ ਤੁਸੀਂ ਸਿੱਖ ਲਿਖਣਾ ਹੈ। ਅਗਰ ਤੁਸੀਂ ਆਪਣੀ ਗਿਣਤੀ ਸਪੈਸੀਫਿਕਲੀ ਸਿੱਖ ਕਮਿਊਨਿਟੀ ਦੇ ਵਿੱਚ ਕਰਾਉਣੀ ਹੈ, ਬਟ ਜਿਸ ਤਰ੍ਹਾਂ ਸਾਡੇ ਹਾਂਜੀ ਪਹਿਲੇ ਕਾਲਰ ਨੇ ਕਿਹਾ, ਇਹ ਫੋਰਮ ਮੈਂ ਤੁਹਾਨੂੰ ਜ਼ਰੂਰ ਇੱਕ ਹੋਰ ਪ੍ਰੋਗਰਾਮ ਵਿੱਚ ਸ਼ੋਅ ਵੀ ਕਰਾਂਗੇ ਕਿੱਥੇ ਤੁਸੀਂ ਲਿਖ ਸਕਦੇ ਹੋ ਸਿੱਖ ਆਪਸ਼ਨ ਦਾ ਪੋਰਸ਼ਨ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਹਾਂਜੀ, ਮੈਨੂੰ ਦੁਬਾਰਾ ਚਾਂਸ ਮਿਲ ਗਿਆ ਹੈ। ਜੀ ਜੀ ਦੱਸੋ। ਪਿਛਲੇ ਦਿਨਾਂ ਵਿੱਚ ਮੈਂ ਇੱਥੋਂ ਦੇ ਇੱਕ ਗੁਰਦੁਆਰੇ ਵਿੱਚ ਸੈਂਸਸ ਉੱਤੇ ਹੀ ਬੋਲ ਰਿਹਾ ਸਾਂ, ਤੇ ਮੈਨੂੰ ਬਾਅਦ ਵਿੱਚ ਕੁਛ ਸੱਜਣ ਮਿਲੇ ਤੇ ਉਹ ਕਹਿਣ ਲੱਗੇ ਜੀ ਸਾਡੇ ਬਾਰੇ ਦੱਸੋ ਕਿ ਅਸੀਂ, ਸਾਡੇ ਕੋਲ ਕੋਈ ਪੇਪਰ ਨਹੀਂ ਕਿਸੇ ਕਿਸਮ ਦਾ, ਤੇ ਅਸੀਂ ਪਿਛਲੇ ਸੈਂਸਸ ਵਿੱਚ ਵੀ ਕੋਈ ਪਾਰਟੀਸੀਪੇਟ ਨਹੀਂ ਸੀ ਕੀਤਾ, ਤੇ ਹੁਣ ਅਸੀਂ ਕੀ ਕਰੀਏ। ਮੈਂ ਉਹਨਾਂ ਨੂੰ ਦੱਸਿਆ ਸੀ ਕਿ ਜਦੋਂ ਮੈਂ ਬੋਲ ਰਿਹਾ ਸਾਂ ਤੇ ਮੈਂ ਕਿਹਾ ਸੀ ਕਿ ਚਾਹੇ ਤੁਸੀਂ ਗੁਰਦੁਆਰੇ ਵਿੱਚੋਂ, ਚਾਹੇ ਮੰਦਰ ਵਿੱਚੋਂ, ਚਾਹੇ ਮਸੀਤ ਵਿੱਚ ਹੋ, ਤੇ ਚਾਹੇ ਤੁਸੀਂ ਖੇਤਾਂ 'ਚ ਕੰਮ ਕਰਦੇ ਚਲੇ ਆ ਰਹੇ ਹੋ, ਠੀਕ ਹੈ, ਤੁਹਾਡੇ ਕੋਲ ਕੋਈ ਪੇਪਰ ਨਹੀਂ, ਪਰ ਉਹ ਤੁਹਾਡੇ ਮਨ ਵਿੱਚੋਂ ਡਰ ਬਿਲਕੁਲ ਖਤਮ ਹੋ ਜਾਣਾ ਚਾਹੀਦਾ ਹੈ। ਤੁਸੀਂ ਇਸ ਅਮਰੀਕਾ ਦੀ ਧਰਤੀ ਤੇ ਹੋ, ਚਾਹੇ ਕਿਸੇ ਵੀ ਹਾਲਤ ਵਿੱਚ ਹੋ, ਤੁਸੀਂ ਹਰ ਹਾਲਤ ਵਿੱਚ ਫਾਰਮ ਦੇ ਵਿੱਚ ਹਿੱਸਾ ਲੈਣਾ ਹੈ, ਉਸ ਦੇ ਨਾਲ ਤੁਹਾਡੀ ਗਿਣਤੀ ਪਰਮਾਨੈਂਟ ਉਸ ਰਿਕਾਰਡ ਵਿੱਚ ਚਲੀ ਜਾਏਗੀ। ਤੁਹਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਅਮਰੀਕਾ ਵਿੱਚ ਕਿਤਨੇ ਪੰਜਾਬੀ ਸਿੱਖ ਵਗੈਰਾ ਰਹਿ ਰਹੇ ਹਾਂ। ਤੇ ਉਹ ਕਹਿਣ ਲੱਗੇ ਤੁਸੀਂ ਇਹ ਗੱਲ ਹੋਰ ਕਲੀਅਰ ਕਰੋ, ਕਿਉਂਕਿ ਤੁਸੀਂ ਤਾਂ ਸਿਰਫ ਕੁਛ ਗੁਰਦੁਆਰਿਆਂ ਵਿੱਚ ਹੀ ਬੋਲੇ ਹੋ, ਬਾਕੀ ਹੋਰਨਾਂ ਸ਼ਹਿਰਾਂ ਵਿੱਚ ਵੀ ਇਸ ਸਬਜੈਕਟ ਨੂੰ ਜ਼ਰੂਰ ਫੈਲਾਓ, ਤੇ ਇਹ ਤੁਸੀਂ ਕਿਰਪਾ ਕਰਕੇ ਇੱਥੋਂ ਦੇ ਹੋਰ ਪ੍ਰਬੰਧਕਾਂ ਨੂੰ ਵੀ ਗੱਲ ਕਰੋ
ਕਿ ਇਹ ਵਰਡ ਜ਼ਰੂਰ ਕਹੋ ਕਿ ਇਹ ਹਰ ਇੱਕ ਚੀਜ਼ ਕੰਫੀਡੈਂਸ਼ੀਅਲ ਹੈ ਜੀ, 72 ਸਾਲ ਤੱਕ ਇਹਦੀ ਕੋਈ ਇਨਫੋਰਮੇਸ਼ਨ ਬਾਹਰ ਨਹੀਂ ਜਾਏਗੀ ਔਰ ਤੁਸੀਂ ਹਮੇਸ਼ਾ ਸੇਫ ਰਹਿ ਗਏ ਹੋ, ਇਹ ਇਨਫੋਰਮੇਸ਼ਨ ਤੁਸੀਂ ਇੱਥੋਂ ਦੇ ਪ੍ਰੈਜ਼ੀਡੈਂਟ ਨੂੰ ਵੀ ਐਕਸਪੋਜ਼ ਨਹੀਂ ਕੀਤੀ ਜਾਏਗੀ, ਇਹ ਕੰਫੀਡੈਂਸ਼ੀਅਲ ਗੱਲਾਂ ਨੇ ਸਾਰੀਆਂ, ਇਸ ਵਿੱਚ ਸਾਨੂੰ ਨਿਜੱਕ ਹੋ ਕੇ ਨਿਡਰ ਹੋ ਕੇ ਡਿਪਾਰਟਮੈਂਟ ਪਾਵੇ, ਇਮੀਗ੍ਰੇਸ਼ਨ ਹੋਏ ਪਾਵੇ, ਉਹ ਪ੍ਰੈਜ਼ੀਡੈਂਟ ਵੀ ਹੋਏ, ਉਹਨਾਂ ਨੂੰ ਨਹੀਂ ਜਾਂਦੀ, ਸਿਰਫ ਗਿਣਤੀ ਜਾਂਦੀ ਹੈ ਕਿ ਕਿਸ ਏਰੀਆ ਵਿੱਚ, ਕਿਸ ਹਾਊਸ ਹੋਲਡ ਵਿੱਚ, ਕਿਸ ਐਥਨਿਕ ਗਰੁੱਪ ਦੇ ਲੋਕ ਕਿਸ ਤਰ੍ਹਾਂ ਰਹਿ ਰਹੇ ਹਨ, ਦੈਟਸ ਇਟ। ਅਤੇ ਇਹਦੇ 'ਚ ਸਾਡੀ ਗਿਣਤੀ ਹੋਣੀ ਇੰਨੀ ਜ਼ਰੂਰੀ ਹੈਗੀ, ਬਿਕੋਜ਼ ਜੋ ਇਸ ਗਿਣਤੀ ਨਾਲ ਫੈਡਰਲ ਫੰਡਿੰਗ ਹੈਗੀ $700 billion ਪਰ ਈਅਰ, ਉਹ ਸਿਰਫ ਤਾਂ ਸਿਰਫ ਸਾਡੀ ਕਮਿਊਨਿਟੀ ਤਦ ਹੀ ਅਲਾਟ ਹੋ ਸਕਦੀ ਹੈ ਅਗਰ ਸਾਡੀ ਗਿਣਤੀ ਅਪਰੋਪਰੀਏਟਲੀ ਹੋਏ, ਭਾਵੇਂ ਉਹ ਸਾਡੇ ਸਕੂਲਸ ਦੇ ਵਿੱਚ ਪੰਜਾਬੀ ਲੈਂਗੁਏਜ ਕਰਿਕੁਲਮ ਐਡ ਕਰਾਉਣ ਲਈ ਹੋਏ, ਭਾਵੇਂ ਸਾਡੀ ਜੋ ਕਮਿਊਨਿਟੀ ਨੂੰ ਇਨਫਰਾਸਟ੍ਰਕਚਰ ਦੀ ਲੋੜ ਹੈ ਜਿੱਥੇ ਉਹ ਗਰੋ ਕਰਨ, ਇਸ ਤਰ੍ਹਾਂ ਦੀ ਚੀਜ਼ਾਂ, ਹੈਲਥ ਕੇਅਰ, ਹੋਸਪਿਟਲਸ, ਆਲ ਆਫ ਦਿਸ ਸਟੱਫ ਇਜ਼ ਇੰਪੈਕਟਡ ਬਾਈ ਦ ਸੈਂਸਿਸ। ਇਸ ਟੋਪਿਕ ਦੇ ਉੱਤੇ ਹੋਰ ਪ੍ਰੋਗਰਾਮ ਜ਼ਰੂਰ ਕਰਾਂਗੇ ਤਾਂ ਕਿ ਤੁਹਾਨੂੰ ਲਗਾਤਾਰ ਅਪਡੇਟਸ ਦਿੰਦੇ ਰਹਿਣ। ਅਗਲੇ ਥਰਸਡੇ ਜੋ ਸਾਡਾ ਨੈਕਸਟ ਪ੍ਰੋਗਰਾਮ ਤੁਹਾਡੇ ਨਾਲ ਹੋਏਗਾ, ਉਹਦੇ 'ਤੇ ਕਰੋਨਾ ਵਾਇਰਸ ਦੀ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਨਗੇ। ਅਤੇ ਅੱਜ ਇੱਥੇ ਸਮਾਂ ਮੈਨੂੰ ਜ਼ਿਆਦਾ ਨਹੀਂ ਇਜਾਜ਼ਤ ਦਿੰਦਾ। ਥੈਂਕ ਯੂ ਸੋ ਮੱਚ ਫੋਰ ਵਾਚਿੰਗ। ਸਤਿ ਸ਼੍ਰੀ ਅਕਾਲ।